ਪੁਲਿਸ ਨੇ ਜਿਹੜਾ ਰਵੱਈਆ ਦੇਖ ਕੇ ਉਹ ਕਿਸਾਨਾਂ ਦੇ ਹੌਸਲੇ ਥੋੜ੍ਹੇ ਜਿਹੇ ਬੁਲੰਦ ਆ। ਸਰਕਾਰ ਜਿਹੜੀ ਆ ਉਹ ਇਹਨੂੰ ਲੈ ਕੇ ਟਕਰਾਅ ਤੋਂ ਪਿੱਛੇ ਹਟਣਾ ਚਾਹੁੰਦੀ ਆ। ਪ੍ਰਦਰਸ਼ਨ ਆ ਉਹ ਹੁੰਦਾ ਵੀ ਵੱਡੀ ਗਿਣਤੀ, 40-50 ਲਾ ਲਓ, 100 ਲਾ ਲਓ ਬੰਦਾ, ਤਿੰਨਾਂ ਜਣਿਆਂ ਨੂੰ ਲੈ ਕੇ ਤੁਸੀਂ ਕਹੋ ਵੀ ਪ੍ਰਦਰਸ਼ਨ ਕਰਦੇ ਸੀਗੇ, ਇਹ ਤਾਂ ਉਹਨਾਂ ਦੀ ਹਿਮਾਚਲ ਦੀ ਪੁਲਿਸ ਦੇ ਉੱਤੇ ਵੀ ਸਵਾਲ ਖੜ੍ਹੇ ਹੋ ਜਾਂਦੇ। ਸਰ ਤੁਸੀਂ ਗੱਲ ਕਰ ਰਹੇ ਹੋ ਸਰਕਾਰ ਦੇ ਜਵਾਬ ਦੀ, ਸਰਕਾਰ ਕਿੱਥੋਂ ਜਵਾਬ ਦੇਊਗੀ? ਇੱਥੇ ਤਾਂ ਉਲਟੀ ਵਾੜ ਖੇਤ ਨੂੰ ਖਾ ਰਹੀ ਹੈ। ਕਾਰਪੋਰੇਟ ਘਰਾਣਿਆਂ ਦੀ ਜੇ ਗੱਲ ਕਰੀਏ ਤੇ ਉਹ ਆਪਣਾ ਸਪਸ਼ਟੀਕਰਨ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਦੇ ਰਹੇ ਨੇ, ਆਪਣੀਆਂ ਸਫਾਈਆਂ ਦੇ ਰਹੇ ਨੇ। ਉਹ ਸਫਾਈਆਂ ਕਿਉਂ ਦੇਣੀਆਂ ਪੈ ਰਹੀਆਂ? ਤੁਹਾਨੂੰ ਕਿਸੇ ਨੇ ਪੁੱਛਿਆ ਥੋੜੀ? ਤੁਹਾਡੇ ਨਾਲ ਤਾਂ ਕਿਸੇ ਨੇ ਗੱਲ ਕੀਤੀ ਨਹੀਂ ਅੱਜ ਤੱਕ। ਚੋਰ ਨੂੰ ਪਾਲਾ ਵੀ ਸੋਝਦਾ ਹੁੰਦਾ, ਇਸ ਤੋਂ ਸਰਿਆਂ ਵੀ ਇਹ ਲੱਗਦਾ। ਜੇ ਸੰਸਦ ਦੀ ਗੱਲ ਕਰੀਏ ਤੇ ਉਹਦੇ ਵਿੱਚ ਭੋਜਨ ਤੇ ਜਿਹੜੀ ਸਬਸਿਡੀ ਮਿਲਦੀ ਸੀ ਉਹ ਵੀ ਹੁਣ ਸਰਕਾਰ ਨੇ ਬੰਦ ਕਰਤੀ ਹੈ। ਹਾਏ, ਬੰਦ ਕਰਤੀ? ਓਹੋ, ਬੜਾ ਕੰਮ ਖਰਾਬ ਹੋ ਗਿਆ। ਪਰ ਪੰਜਾਬ ਦੇ ਵਿੱਚ ਟੀਕਾ ਲਵਾਉਣ ਦੀ ਬੜੀ ਝਿਜਕ ਹੈ ਲੋਕਾਂ ਨੂੰ। 27.9% ਲੋਕ ਨੇ ਜਿਨ੍ਹਾਂ ਦਾ ਸਿਰਫ ਹਾਲੇ ਤੱਕ ਟੀਕਾਕਰਨ ਹੋਇਆ ਆ। ਜਦੋਂ ਬੱਚਾ ਜੰਮਦਾ ਆ ਤੇ ਉਹਨੂੰ ਵੀ ਟੀਕਾ ਜਿਹੜਾ ਜੰਮਦੇ ਤੇ ਲੱਗਦਾ, ਉਹਦੇ ਸਾਈਡ ਇਫੈਕਟ ਮਾੜਾ ਮੋਟਾ ਹੁੰਦਾ ਹੀ ਆ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਚਾਰ ਚਰਚਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ ਵੱਖ ਮੁੱਦਿਆਂ 'ਤੇ ਆਪਣੇ ਮਾਹਿਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਵੀ ਕਰਦੇ ਹਾਂ। ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਮੌਜੂਦ ਨੇ, ਅਵਤਾਰ ਸਿੰਘ ਸ਼ੇਰਗਿੱਲ ਜੀ। ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਰ ਤੁਹਾਡਾ। ਸ਼ੁਕਰੀਆ ਜੀ। ਅੱਜ ਵਿਚਾਰ ਚਰਚਾ ਪ੍ਰੋਗਰਾਮ ਦੇ ਵਿੱਚ ਅਸੀਂ ਜਿਨ੍ਹਾਂ ਮੁੱਦਿਆਂ 'ਤੇ ਗੱਲਬਾਤ ਕਰਨੀ ਹੈ ਉਹਨਾਂ ਦੇ ਵਿੱਚ ਕਿਸਾਨਾਂ ਦੇ ਨਾਲ ਜੋ ਸਰਕਾਰ ਮੀਟਿੰਗਾਂ ਕਰ ਰਹੀ ਹੈ, ਪੁਲਿਸ ਦੀਆਂ ਮੀਟਿੰਗਾਂ ਹੋ ਰਹੀਆਂ ਨੇ, ਉਸ ਬਾਬਤ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਜਿਹੜੇ ਭਾਜਪਾ ਆਗੂ ਪਹਿਲਾਂ ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਫਾਇਦੇ ਸਮਝਾਉਂਦੇ ਸੀ ਅਤੇ ਹੁਣ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ, ਉਸ ਬਾਬਤ ਵੀ ਅਸੀਂ ਆਪਣੇ ਮਾਹਿਰ ਮਹਿਮਾਨ ਦੇ ਨਾਲ ਗੱਲਬਾਤ ਕਰਾਂਗੇ। ਇਸ ਤੋਂ ਬਿਨਾਂ ਅਬਾਨੀਆਂ ਅਡਾਨੀਆਂ ਦਾ ਪੂਰੇ ਵਿਸ਼ਵ ਦੇ ਵਿੱਚ ਵਿਰੋਧ ਹੋ ਰਿਹਾ ਹੈ, ਭਾਰਤ ਦੇ ਵਿੱਚ ਵਿਰੋਧ ਹੋ ਰਿਹਾ, ਅਤੇ ਫਿਰ ਵੀ ਸਾਡੀ ਜਿਹੜੀ ਸਰਕਾਰ ਆ ਹਵਾਈ ਅੱਡਿਆਂ ਦੇ ਵਿਕਾਸ ਲਈ ਉਹਨਾਂ ਦੇ ਨਾਲ ਸਮਝੌਤੇ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ। ਸਰ, ਅੱਜ ਦੇ ਬਹੁਤ ਅਹਿਮ ਖਬਰ ਤੋਂ ਸ਼ੁਰੂਆਤ ਕਰਦੇ ਹਾਂ। 10ਵੀਂ ਵਾਰ ਕੇਂਦਰ ਸਰਕਾਰ ਦੇ ਨਾਲ ਕਿਸਾਨ ਮੇਜ ਸਾਂਝਾ ਕਰ ਰਹੇ ਨੇ ਜੀ, ਕੀ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਅੱਜ ਵੀ ਮੀਟਿੰਗ ਬੇਨਤੀਜਾ ਹੀ ਰਹੂਗੀ, ਕੋਈ ਉਮੀਦ ਲੈ ਕੇ ਕਿਸਾਨ ਜਾਣ, ਜਾਂ ਫਿਰ ਉਹੀ ਪਹਿਲਾਂ ਵਾਲਾ ਹੀ ਰਹੇਗਾ ਸਾਰਾ ਸਿਸਟਮ? ਬਿਲਕੁਲ ਜੀ, ਉਮੀਦ ਤਾਂ ਕਿਸਾਨਾਂ ਨੂੰ, ਸਾਰੇ ਮੁਲਕ ਨੂੰ, ਸਾਰੇ ਪੰਜਾਬ ਨੂੰ, ਸਾਰੇ ਵਿਸ਼ਵ ਨੂੰ ਹੀ ਆ, ਔਰ ਹਰੇਕ ਮੀਟਿੰਗ 'ਚ ਰਹੀ ਹੈ, ਚਾਹੇ ਉਹ ਪਹਿਲਾ ਦੌਰ ਆ ਅਤੇ ਚਾਹੇ ਹੁਣ 10ਵਾਂ ਦੌਰ ਆ, ਉਮੀਦ ਲੈ ਕੇ ਹੀ ਕਿਸਾਨ ਆਉਂਦੇ ਹਨ। ਪਰ ਇਹਦੇ ਨਾਲ ਇੱਕ ਗੱਲ ਹੋਰ ਜੁੜ ਜਾਂਦੀ ਆ ਵੀ ਜਦੋਂ ਮੀਟਿੰਗ ਹੁੰਦੀ ਆ ਉਹ ਤੋਂ ਇੱਕ ਦਿਨ ਪਹਿਲਾਂ ਹੀ ਸਾਡੇ ਖੇਤੀਬਾੜੀ ਮੰਤਰੀ ਇਹ ਕਹਿਣ ਲੱਗ ਜਾਂਦੇ ਆ ਵੀ ਕਿਸਾਨ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਜਿੱਦ ਛੱਡਣ, ਉਹਦੇ ਤੋਂ ਬਿਨਾਂ ਕੋਈ ਹੋਰ ਸਾਡੇ ਕੋਲ ਕੋਈ ਗੱਲ ਕਰਨੀ ਆ, ਸੋਧਾਂ ਕਰਾਉਣੀਆਂ, ਤਾਂ ਹੋਰ ਕੋਈ ਬਦਲ ਰੂਪ 'ਚ ਉਹਨਾਂ 'ਚ ਆਪਸ਼ਨ ਹੈਗੀ ਆ ਉਹ ਲੈ ਕੇ ਆਉਣ। ਪਰ ਗੱਲ ਉੱਥੇ ਆ ਜਾਂਦੀ ਆ ਵੀ ਉਹਨਾਂ ਨੂੰ ਚੇਤਾ ਹੀ ਉਦੋਂ ਆਉਂਦਾ ਵੀ ਹਾਂ ਵੀ ਕੱਲ੍ਹ ਮੀਟਿੰਗ ਹੈ ਅਤੇ ਅੱਜ ਅਸੀਂ ਬਿਆਨ ਦੇ ਦਈਏ, ਅਤੇ ਉਹਨਾਂ ਦੇ ਨਾਲ ਇੱਕੋ ਗੱਲ ਹੁੰਦੀ ਆ ਵੀ ਹਾਂ ਵੀ ਸਕਾਰਾਤਮਕ ਮਾਹੌਲ 'ਚ ਮੀਟਿੰਗ ਹੋਵੇਗੀ। ਫਿਰ ਜਦੋਂ ਮੀਟਿੰਗ ਹੁੰਦੀ ਆ ਉਸ ਤੋਂ ਪਹਿਲਾਂ ਪਤਾ ਨਹੀਂ ਇਹ ਦੇਸ਼ ਦੇ ਕਿੱਥੋਂ ਕਿਸਾਨ ਜਥੇਬੰਦੀਆਂ ਇਹੋ ਜਿਹੀਆਂ ਲੱਭ ਲਿਆਉਂਦੇ ਆ ਜਿਹੜੇ ਇਹਨਾਂ ਦੇ ਕੋਲ ਆ ਕੇ ਮੀਟਿੰਗਾਂ ਕਰਦੇ ਆ, ਔਰ ਇਹਨਾਂ ਦੇ ਨਾਲ ਫਿਰ ਗਿਣਤੀ ਇੰਨੀ ਦੱਸ ਦਿੰਦੇ ਆ ਵੀ 250-250 ਜਥੇਬੰਦੀਆਂ ਦੇ ਆਗੂ ਸੀਗੇ। ਹੁਣ ਉਹਨਾਂ ਦੇ ਵਿੱਚ ਆ ਕੇ ਇਹਨਾਂ ਦੀਆਂ ਨਾਲ ਤਾਂ ਕਹਿ ਦਿੰਦੇ ਵੀ ਇਹਨਾਂ ਨੇ ਸਮਰਥਨ ਕੀਤਾ ਜੀ, ਫਿਰ ਇਹੀ ਗੱਲ ਜਿਹੜੀ ਦੂਸਰੇ ਦਿਨ ਉਹਨਾਂ ਨੇ ਇਹਨਾਂ ਕਿਸਾਨ ਆਗੂਆਂ ਨੂੰ ਕਹਿਣੀ ਹੁੰਦੀ ਆ ਵੀ ਦੇਖੋ ਜੀ ਤੁਸੀਂ ਇਕੱਲੇ ਆਪ ਦੀ ਗੱਲ ਕਰ ਰਹੇ ਆ, ਪੂਰੇ ਦੇਸ਼ ਦਾ ਹਿੱਤ ਰੱਖੋ, ਬਾਕੀ ਤਾਂ ਪੂਰਾ ਦੇਸ਼ ਤੁਹਾਡੇ ਸਾਹਮਣੇ ਇਹਨਾਂ ਖੇਤੀ ਕਾਨੂੰਨਾਂ ਦੀ ਪੈਰਵਾਈ ਕਰ ਰਿਹਾ, ਇਹਨਾਂ ਦੀ ਹਮਾਇਤ ਕਰ ਰਿਹਾ, ਇਹਨਾਂ ਦਾ ਸਮਰਥਨ ਕਰ ਰਿਹਾ। ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਨਿਕਲਣਾ ਤਾਂ ਮੈਨੂੰ ਲੱਗਦਾ ਮੀਟਿੰਗ 'ਚੋਂ ਅੱਜ ਵੀ ਕੁਛ ਨਹੀਂ ਆ, ਇੱਕ ਦਿਨ ਪਹਿਲਾਂ ਰੱਖੀ ਗਈ ਸੀਗੀ ਪਰ ਉਸਦੇ ਪਤਾ ਨਹੀਂ ਕੀ ਕਾਰਨ ਬਣਿਆ ਇੱਕਦਮ ਰਾਤ ਵੇਲੇ ਇਹ ਮੀਟਿੰਗ ਮੁਲਤਵੀ ਕਰਕੇ ਅਗਲੇ ਦਿਨ ਪਾ ਦਿੱਤੀ ਗਈ ਆ, ਉਸਦਾ ਕਾਰਨ ਕੁਛ ਨਹੀਂ ਦੱਸਿਆ। ਜਿੱਥੋਂ ਤੱਕ ਮੈਨੂੰ ਲੱਗਦਾ ਕਾਰਨ ਇਹ ਸੀਗਾ ਵੀ ਸੁਪਰੀਮ ਕੋਰਟ ਦੀ ਜਿਹੜੀ ਮਾਹਰਾਂ ਦੀ ਕਮੇਟੀ ਬਣਾਈ ਸੀਗੀ ਇਹਨੂੰ ਘੋਖ ਪੜਤਾਲ ਕਰਨ ਲਈ, ਉਹਨਾਂ ਦੀ ਮੀਟਿੰਗ ਜਿਹੜੀ ਹੋਣੀ ਸੀ ਉਹ 19 ਨੂੰ ਹੋਣੀ ਸੀ, ਉਹਦੇ ਕਰਕੇ ਸ਼ਾਇਦ ਇੱਕ ਦਿਨ ਅੱਗੇ ਪਾਈ ਹੋਵੇ। ਪਰ ਮੀਟਿੰਗਾਂ ਦਾ ਉਹੀ ਆ ਜੀ, ਬੇਨਤੀਜਾ ਬੇਨਤੀਜਾ ਅਤੇ ਫਿਰ ਆਖਰ ਫਿਰ ਬੇਨਤੀਜਾ ਜੀ। ਅਤੇ ਕਿਸਾਨਾਂ ਦੇ ਜਿਹੜਾ ਕਹਿਣਾ ਇਹ ਹੁੰਦਾ ਆ ਵੀ ਜੇ ਅਸੀਂ ਨਾ ਗਏ ਤਾਂ ਫਿਰ ਇਹਨਾਂ ਦਾ ਜਿਹੜਾ ਪ੍ਰਚਾਰ ਆ ਜੋ ਸਾਡੇ ਖਿਲਾਫ਼ ਪਹਿਲਾਂ ਹੀ ਗਲਤ ਕਰ ਰਹੇ ਆ ਉਹਨਾਂ ਨੇ ਹੋਰ ਪ੍ਰਚਾਰ ਕਰਨ ਲੱਗ ਪੈਣਾ। ਦੇਖੋ ਜੀ ਹੁਣ ਆਹ ਵਾਲੀ ਮੀਟਿੰਗ 'ਚ ਤਾਂ ਅਸੀਂ ਕਰ ਦੇਣਾ ਸੀ ਫੈਸਲਾ,
ਇਹ ਆਪੇ ਪਿੱਛੇ ਹਟ ਗਏ। ਉਹ ਚਾਹੁੰਦੇ ਆ ਵੀ ਅਸੀਂ ਸਰਕਾਰ ਨੂੰ ਮੌਕਾ ਨਹੀਂ ਦੇਣਾ, ਚਾਹੇ ਜੋ ਮਰਜ਼ੀ ਹੋ ਜਾਏ, ਚਾਹੇ ਸਾਨੂੰ ਬੇਸ਼ੱਕ ਜਿੰਨੇ ਮਰਜ਼ੀ ਰੁਝੇਵਿਆਂ 'ਚ ਛੱਡਣ, ਜਿੰਨੇ ਮਰਜ਼ੀ ਰੁਝੇਵਿਆਂ ਦੇ ਬਾਵਜੂਦ ਸਾਨੂੰ ਜਾਣਾ ਪਵੇ ਅਸੀਂ ਜਾਵਾਂਗੇ। ਕਿਉਂ? ਕਿਉਂਕਿ ਅੱਜ ਜਿਹੜਾ ਆ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਸੀ। ਇਹਨਾਂ ਕਿਸਾਨਾਂ ਨੇ ਜਿਵੇਂ ਪਹਿਲਾਂ ਗੁਰਪੁਰਬ ਮਨਾਏ ਆ, ਉਸੇ ਤਰ੍ਹਾਂ ਇਹ ਗੁਰਪੁਰਬ ਵੀ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀਗਾ ਬਾਰਡਰਾਂ ਦੇ ਉੱਤੇ, ਚਾਹੇ ਸਿੰਘੂ ਬਾਰਡਰ ਆ, ਚਾਹੇ ਟਿਕਰੀ ਬਾਰਡਰ ਆ, ਪਲਵਲ ਆ, ਜਿੱਧਰ ਵੀ ਬੈਠੇ ਆ ਕਿਸਾਨ ਗਾਜ਼ੀਪੁਰ ਵਾਲੇ ਪਾਸੇ ਵੀ, ਤਾਂ ਉੱਥੇ ਇਹਨਾਂ ਨੇ ਇਹ ਗੁਰਪੁਰਬ ਬੜੇ ਵਧੀਆ ਤਰੀਕੇ ਨਾਲ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਸੀਗਾ। ਪਰ ਇਸ ਦੇ ਬਾਵਜੂਦ ਜਦੋਂ ਉਹਨਾਂ ਨੇ ਸੱਦਿਆ ਆ, ਫਿਰ ਵੀ ਉਹ ਇਹ ਮੀਟਿੰਗ 'ਤੇ ਜਾਣਗੇ ਔਰ ਪੂਰੀ ਆਸ ਉਮੀਦ ਲੈ ਕੇ ਜਾਣਗੇ। ਪਰ ਮੈਂ ਪਿੱਛੇ ਜੇ ਭਾਜਪਾ ਦੇ ਇੱਕ ਬਹੁਤ ਵੱਡਾ ਲੀਡਰ, ਉਹ ਇੱਕ ਕਿਸਾਨ ਆਗੂ ਸੀ, ਇੱਕੋ ਹੀ ਸੀਗਾ, ਤਾਂ 1-to-1 ਇਹਨਾਂ ਦੀ ਬਹਿਸ ਇੱਕ ਚੈਨਲ 'ਤੇ ਚੱਲ ਰਹੀ ਸੀਗੀ, ਜਿਹਦੇ ਵਿੱਚ ਜਦੋਂ ਅੱਧਾ ਪੌਣਾ ਘੰਟਾ ਬਹਿਸ ਚੱਲੀ ਆ, ਤਾਂ ਮੁੱਕਦੀ ਗੱਲ ਜਦੋਂ ਚੈਨਲ ਵਾਲਿਆਂ ਨੇ ਇਹ ਪੁੱਛਿਆ ਭਾਜਪਾ ਵਾਲਿਆਂ ਨੂੰ ਵੀ ਤੁਸੀਂ ਆਖਰੀ ਅਤੇ ਅੰਤਿਮ ਗੱਲ ਦੱਸ ਦਿਓ ਵੀ ਇਹ ਜੋ ਕਹਿ ਰਹੇ ਆ ਵੀ ਕਾਨੂੰਨ ਵਾਪਸ ਹੋਣਗੇ ਜਾਂ ਨਹੀਂ, ਤਾਂ ਉੱਥੇ ਵੀ ਉਸ ਆਗੂ ਨੇ, ਬੇਸ਼ੱਕ ਉਹਦੀ ਸੇ ਕਿੰਨੀ ਕੁ ਆ ਸਰਕਾਰ ਦੇ ਵਿੱਚ ਇਹ ਨਹੀਂ ਮੈਂ ਕਹਿ ਸਕਦਾ, ਪਰ ਉਹਨੇ ਸਰਕਾਰ ਦੀ ਤਰਫੋਂ ਹੀ ਬੋਲਣਾ ਹੁੰਦਾ, ਸਰਕਾਰ ਨੇ ਜੋ ਕਿਹਾ ਉਹੀ ਬੋਲਣਾ ਹੁੰਦਾ। ਉਹਨੇ ਉਸ ਵੇਲੇ ਕਹਿਤਾ ਜੀ ਮੁੱਕਦੀ ਗੱਲ ਇਹੀ ਆ ਵੀ ਕਾਨੂੰਨ ਤਾਂ ਵਾਪਸ ਨਹੀਂ ਹੋਣੇ, ਇਹ ਆਪਦੀ ਜਿੱਦ ਛੱਡ ਕੇ ਹੋਰ ਜੋ ਮਰਜ਼ੀ ਸੋਧਾ ਕਰਵਾ ਲੈਣ। ਹੁਣ ਸੋਧਾਂ ਦੀ ਗੱਲ ਜਦੋਂ ਆਉਂਦੀ ਆ, ਉਹ ਸੋਧਾਂ ਵੀ ਇਹਨਾਂ ਤੋਂ ਭਾਲਦੇ ਆ, ਕਾਨੂੰਨ ਤੁਸੀਂ ਬਣਾਇਆ, ਤੁਸੀਂ ਦੱਸੋ ਵੀ ਆਹ ਚੀਜ਼ ਅਸੀਂ ਸੋਧ ਕਰ ਦਿੰਦੇ ਹਾਂ, ਤੁਹਾਨੂੰ ਆਹ ਚੀਜ਼ ਚੰਗੀ ਨਹੀਂ ਲੱਗਦੀ ਆਹ ਸੋਧ ਕਰ ਦਿੰਦੇ ਹਾਂ, ਬਟ ਕਲੋਜ਼ ਗਣਾਈ ਜਾਂਦੇ ਆ ਵੀ ਆਹ ਕਲੋਜ਼ ਪਰ ਕਲੋਜ਼ 'ਤੇ ਅਸੀਂ ਗੱਲਬਾਤ ਕਰਨ ਲਈ, ਚਰਚਾ ਕਰਨ ਲਈ ਤਿਆਰ ਆ, ਅਤੇ ਚਰਚਾ ਹੋਰ ਕਿੰਨੀ ਹੋਊਗੀ। 10 ਮੀਟਿੰਗਾਂ ਲੰਘ ਗਈਆਂ, ਜੇ ਉਦੋਂ ਚਰਚਾ ਨਹੀਂ ਹੋਈ, ਤੁਹਾਡਾ ਉਦੋਂ ਜਦੋਂ ਮੀਟਿੰਗਾਂ ਦੇ ਵਿੱਚ ਰਵੱਈਆ ਹੁੰਦਾ ਆ ਉਹ ਕਿਸੇ ਇੱਕ ਮੀਟਿੰਗ 'ਚ ਬਹੁਤ ਹਮਲਾਵਰ ਹੁੰਦਾ ਆ, ਦੂਜੇ ਮੀਟਿੰਗ 'ਤੇ ਜਦੋਂ ਜਾਂਦੇ ਆ ਤਾਂ ਉਹ ਪਤਾ ਨਹੀਂ ਕਿਉਂ ਇੱਕਦਮ ਢਿੱਲੇ ਪੈ ਜਾਂਦੇ ਆ, ਤਾਂ ਇਹ ਰਵੱਈਆ ਸਰਕਾਰ ਦਾ ਹਰ ਮੀਟਿੰਗ 'ਚ ਬਦਲਦਾ ਆ, ਹਰੇਕ ਮੀਟਿੰਗ 'ਤੇ ਨਵਾਂ ਪੈਂਤੜਾ ਹੁੰਦਾ ਆ। ਹੁਣ ਦੇਖੋ ਅੱਜ ਦੀ ਮੀਟਿੰਗ 'ਚ ਕਿਹੋ ਜਿਹਾ ਰੁੱਖ ਅਖਤਿਆਰ ਕਰਦੇ ਆ ਅਤੇ ਕਿਹੋ ਜਿਹਾ ਉਹਨਾਂ ਦਾ ਪੈਂਤੜਾ ਹੁੰਦਾ ਆ, ਇਹ ਤਾਂ ਸਮਾਂ ਆਉਣ ਵਾਲਾ ਦੱਸੂਗਾ ਜੀ। ਜੀ ਜੀ ਸਰ, ਜੇਕਰ ਗੱਲ ਕਰੀਏ 26 ਜਨਵਰੀ ਦੀ, ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਟਰੈਕਟਰ ਪਰੇਡ ਕਰਨਗੇ, ਪਰ ਪੁਲਿਸ ਉਹਨਾਂ ਦੇ ਨਾਲ ਮੀਟਿੰਗਾਂ ਕਰ ਰਹੀ ਹੈ, ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਜਿਹੜਾ ਪ੍ਰੋਗਰਾਮ ਉਲੀਕਿਆ ਆ ਉਹਨੂੰ ਕੈਂਸਲ ਕਰ ਦੇਣ ਜੀ, ਕਿੱਦਾਂ ਦੇਖਦੇ ਹੋ ਤੁਸੀਂ ਇਸ ਨੂੰ? ਸਵਲੀਨ ਜੀ, ਜਿਹੜਾ ਕਿਸਾਨ ਅੰਦੋਲਨ ਇਸ ਵੇਲੇ ਜਿਸ ਪੜਾਅ 'ਤੇ ਪਹੁੰਚ ਗਿਆ ਨਾ ਜੀ, ਉਸ ਪੜਾਅ ਨੂੰ ਲੈ ਕੇ ਸਰਕਾਰ ਵੀ ਚਿੰਤਤ ਲੱਗ ਰਹੀ ਆ ਜੀ। ਜੇ ਮੈਂ ਕਹਾਂ ਵੀ ਡਰੀ ਹੋਈ ਲੱਗ ਰਹੀ ਆ, ਤਾਂ ਇਹਦੇ 'ਚ ਵੀ ਕੋਈ ਗਲਤ ਨਹੀਂ ਹੋਵੇਗਾ, ਕਿਉਂਕਿ ਜਿਹੜਾ 26 ਜਨਵਰੀ ਵਾਲਾ ਦਿਨ ਆ ਉਹ ਗਣਤੰਤਰ ਦਿਵਸ ਆ ਆਪਣਾ, ਉਹ ਭਾਰਤ ਦਾ 1950 ਤੋਂ ਲੈ ਕੇ ਮਨਾਉਂਦੇ ਆ ਰਹੇ ਆ, ਬੜਾ ਵੱਡੇ ਪੱਧਰ 'ਤੇ ਔਰ ਵਿਸ਼ਵ ਦੇ ਲੈਵਲ 'ਤੇ ਮਨਾਇਆ ਜਾਂਦਾ। ਉਹਦੇ ਪੈਰਲਲ ਜਦੋਂ ਕਿਸਾਨਾਂ ਨੇ ਪਰੇਡ ਰੱਖੀ ਆ, ਹਾਲਾਂਕਿ ਉਹਨਾਂ ਨੇ ਕਿਹਾ ਵੀ ਤੁਹਾਡੀ ਪਰੇਡ ਖਤਮ ਹੋਣ ਤੋਂ ਬਾਅਦ ਹੀ ਸਾਡੀ ਸ਼ੁਰੂ ਹੋਵੇਗੀ, ਉਹ ਵੀ ਅਸੀਂ ਆਊਟਰ ਰਿੰਗ ਰੋਡ ਜਿਹੜਾ ਦਿੱਲੀ ਦਾ ਆ ਉਹਦੇ ਦੁਆਲੇ ਹੀ ਰਹਾਂਗੇ, ਹੋਰ ਕਿਸੇ ਤਰੀਕੇ ਨਾਲ ਕੋਈ ਹਿੰਸਾ ਨਹੀਂ, ਕੋਈ ਭੜਕਾਊ ਭਾਸ਼ਣ ਨਹੀਂ, ਕੋਈ ਡੰਡਾ ਚਾਰਜ ਕੁਛ ਨਹੀਂ ਕਰਨਾ। ਹੁਣ ਜਦੋਂ ਸਰਕਾਰ ਨੂੰ ਲੱਗਾ ਵੀ ਜਿਵੇਂ ਜਿਵੇਂ 26 ਤਰੀਕ ਨੇੜੇ ਆ ਰਹੀ ਆ, ਤਾਂ ਸਰਕਾਰ ਦੇ ਨਾਲ ਨਾਲ ਦਿੱਲੀ ਪੁਲਿਸ ਵੀ ਸਰਗਰਮ ਹੋ ਗਈ ਆ। ਇਹਦੇ ਵਿੱਚ ਇੱਕ ਗੱਲ ਬਹੁਤ ਦਿਲਚਸਪ ਔਰ ਹੈਰਾਨੀਜਨਕ ਆ ਵੀ ਜਿੱਦਾਂ ਦਾ ਰਵੱਈਆ ਸਰਕਾਰ ਦਾ ਹੁੰਦਾ ਆ, ਸਰਕਾਰ ਦੇ ਮੰਤਰੀਆਂ ਦਾ ਹੁੰਦਾ ਆ, ਉਦੋਂ ਕਿਤੇ ਉਲਟ ਪੁਲਿਸ ਦਾ ਰਵੱਈਆ ਜਿਹੜਾ ਆ ਉਹ ਬਹੁਤ ਹੀ ਹਾਂ ਪੱਕੀ ਭਾਵਾਂ ਨਾ ਕਹੀਏ ਪਰ ਥੋੜ੍ਹਾ ਜਿਹਾ ਕਿਸਾਨਾਂ ਲਈ ਇੱਕ ਹੌਸਲੇ ਵਾਲਾ ਜ਼ਰੂਰ ਹੈਗਾ। ਉਹ ਇਸ ਕਰਕੇ ਆ ਵੀ ਜਦੋਂ ਮੀਟਿੰਗ 2 ਦੌਰ ਦੀ ਚੱਲੀ ਆ, ਇੱਕ ਦਿਨ ਪਹਿਲਾਂ ਜਦੋਂ ਜੁਆਇੰਟ ਕਮਿਸ਼ਨਰ ਇਕੱਲੇ ਆ ਕੇ ਮਿਲ ਕੇ ਗਏ ਆ, ਫਿਰ 3 ਰਾਜਾਂ ਦੇ ਜਿਹੜੇ ਸੀਨੀਅਰ ਲੈਵਲ ਦੇ ਅਧਿਕਾਰੀ ਸੀ ਪੁਲਿਸ ਦੇ, ADGP ਲੈਵਲ ਦੇ ਸੀਗੇ, ਉਹਨਾਂ ਨੇ ਆ ਕੇ ਮੀਟਿੰਗ ਕੀਤੀ ਆ, ਅਤੇ ਜਦੋਂ ਕੋਸ਼ਿਸ਼ ਤਾਂ ਉਹਨਾਂ ਦੀ ਇਹੀ ਆ ਵੀ ਕਿਸਾਨ ਪਰੇਡ ਨਾ ਕਰਨ, ਵੀ ਇਹ ਕਿਸੇ ਨਾ ਕਿਤੇ ਖਲਲ ਨਾ ਪੈ ਜਾਵੇ ਸਾਡੇ ਪ੍ਰੋਗਰਾਮ 'ਚ ਜਾਂ ਸਰਕਾਰੀ ਪ੍ਰੋਗਰਾਮ 'ਚ, ਕਿਉਂਕਿ ਉਦੋਂ ਜਿਹੜੀ ਸਿਕਿਉਰਿਟੀ ਹੁੰਦੀ ਆ ਉਹ ਇਕੱਲੀ ਦਿੱਲੀ ਦੀ ਨਹੀਂ, ਪੂਰੇ ਦੇਸ਼ ਦੀ ਉਹ ਹਾਈ ਲੈਵਲ 'ਤੇ ਸਿਕਿਉਰਿਟੀ ਕੀਤੀ ਜਾਂਦੀ ਆ, ਕਿਉਂਕਿ ਕੋਈ ਨਾ ਕੋਈ ਖਦਸ਼ਾ, ਕੋਈ ਨਾ ਕੋਈ ਇਹਨਾਂ ਨੂੰ ਜਿਹੜੇ ਇੰਟੈਲੀਜੈਂਸ ਇਨਪੁੱਟ ਮਿਲਦੀ ਰਹਿੰਦੀ ਆ, ਉਹਦੇ ਹਿਸਾਬ ਨਾਲ ਇਹ ਹਾਈ ਅਲਰਟ ਜਾਰੀ ਕਰ ਦਿੰਦੇ ਆ 26 ਜਨਵਰੀ ਨੂੰ। ਅਤੇ ਉਹਨਾਂ ਦਾ ਮਕਸਦ ਇਹੀ ਸੀ ਵੀ ਅਸੀਂ ਕਿਸਾਨਾਂ ਨੂੰ ਮਨਾ ਲਾਂਗੇ ਵੀ ਉਹ ਕਿਸਾਨ ਪਰੇਡ ਨਾ ਕਰਨਗੇ ਤਾਂ ਚੰਗੀ ਗੱਲ ਆ, ਪਰ ਕਿਸਾਨਾਂ ਦਾ ਜਿਹੜਾ ਕਹਿਣਾ ਆ ਵੀ ਸਾਡੀ ਜਿਹੜੀ ਕਿਸਾਨ ਪਰੇਡ ਆ ਉਹ ਹਰ ਹਾਲ 'ਚ ਹੋਵੇਗੀ। ਇੱਥੋਂ ਤੱਕ ਕਿ ਉਹਨਾਂ ਨੇ ਪੁਲਿਸ ਨੇ ਜਦੋਂ ਅਧਿਕਾਰੀਆਂ ਦੀ ਮੀਟਿੰਗ ਚੱਲਦੀ ਸੀ ਤਾਂ ਉਹਨਾਂ ਨੇ ਪੁੱਛਿਆ ਬਈ ਇੰਨੀ ਭੀੜ ਹੁੰਦੀ ਆ ਜਦੋਂ ਤੁਸੀਂ ਰਿੰਗ ਰੋਡ 'ਤੇ ਘੁੰਮਣਾ, ਦਿੱਲੀ ਦਾ ਟਾਈਮ ਹੈ, ਸਵੇਰ ਦਾ ਟਾਈਮ ਆ, ਉਦੋਂ ਰਸ਼ ਬਹੁਤ ਹੁੰਦਾ, ਲੋਕਾਂ ਨੇ ਨਿਕਲਣਾ ਕੰਮਾਂ ਕਾਰਾਂ 'ਤੇ, ਸ਼ਾਇਦ ਛੁੱਟੀ ਵਾਲੇ ਦਿਨ ਵੀ ਹੋਵੇ, ਪਰ ਆਮ ਕਈ ਵਾਰੀ ਛੁੱਟੀ ਵਾਲੇ ਦਿਨ ਲੋਕ ਨਿਕਲਦੇ ਤਾਂ ਹੈਗੇ ਆ ਕਿਉਂਕਿ ਭੀੜ ਭੜਾਕਾ ਬਹੁਤ ਹੈ ਦਿੱਲੀ 'ਚ, ਉਹਨੂੰ ਕਿਵੇਂ ਮੈਨੇਜ ਕਰਨਗੇ? ਅਤੇ ਸਾਡੇ ਜਿਹੜੇ ਕਿਸਾਨ ਆਗੂ ਦੇ ਵਿੱਚ ਇੱਕ ਬਲਵੀਰ ਸਿੰਘ ਰਾਜੇਵਾਲ ਨੇ, ਉਹਨਾਂ ਨੇ ਬੜੀ ਤਰਕਪੂਰਨ ਗੱਲ ਕੀਤੀ ਆ, ਉਹ ਕਹਿੰਦੇ ਜੀ ਸਾਨੂੰ 1 ਦਿਨ ਪਹਿਲਾਂ ਦੇ ਦਿਓ, ਅਸੀਂ ਉਸ ਰਿੰਗ ਰੋਡ ਦੁਆਲੇ ਇੱਕ ਵਾਰੀ ਘੁੰਮ ਜਾਵਾਂਗੇ ਸਪੀਕਰ ਲਾ ਕੇ, ਔਰ ਉੱਥੇ ਉਹਨਾਂ ਨੂੰ ਐਲਾਨ ਕਰਦੇ ਜਾਵਾਂਗੇ ਦਿੱਲੀ ਵਾਸੀਆਂ ਨੂੰ
ਫਿਰ ਇਸ ਤਰੀਕ ਨੂੰ ਸਾਡੀ ਜਿਹੜੀ ਕਿਸਾਨ ਪਰੇਡ ਟਰੈਕਟਰ ਪਰੇਡ ਨਿਕਲਣੀ ਆ, ਤੁਸੀਂ ਇੰਨੇ ਤੋਂ ਇੰਨੇ ਟਾਈਮ ਦੇ ਵਿੱਚ ਆਹ ਜਿਹੜਾ ਟਰੈਕ ਆ ਜਾਂ ਆਹ ਰੋਡ ਆ ਇਹਦੇ ਉੱਤੇ ਨਹੀਂ ਆਉਣਾ, ਅਤੇ ਸਾਨੂੰ ਇਹ ਕੰਮ ਸਾਡੇ ਜਿਵੇਂ ਸੌਂਪ ਦਿਓ ਉਹ ਅਸੀਂ ਜਾਣੀਏ, ਸਾਡਾ ਕੰਮ ਜਾਣੇ, ਅਸੀਂ ਕੋਈ ਭੀੜ ਨਹੀਂ ਹੋਣ ਦਿੰਦੇ, ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਵਿਘਨ ਨਹੀਂ ਪਾਉਣ ਦਿੰਦੇ ਜੀ। ਅਤੇ ਉਹਦੇ 'ਚ ਇੱਕ ਜਿਹੜਾ ਪੁਲਿਸ ਅਫਸਰ ਸੀ ਉਹ ਹੱਸ ਪਿਆ, ਕਹਿੰਦਾ ਗੱਲ ਤਾਂ ਤੁਹਾਡੀ ਠੀਕ ਹੈ, ਜੋ ਤੁਸੀਂ ਕਹਿੰਦੇ ਹੋ ਕਰਕੇ ਵਿਖਾਲਦੇ ਹਾਂ, ਵੀ ਇਹ ਲੱਗਦਾ ਤੁਸੀਂ ਇਹ ਵੀ ਕਰ ਲਉਂਗੇ। ਕਹਿੰਦੇ ਫਿਰ ਗੱਲ ਕੋਈ ਖਤਮ ਹੈ, ਤੁਸੀਂ ਸਾਡੇ 'ਤੇ ਸਿੱਟ ਦਿਓ, ਸਾਡੇ ਵਲੰਟੀਅਰ ਆ ਜਿਹੜੇ ਉਹ ਪਹਿਲਾਂ ਹੀ ਉੱਥੇ ਪਹੁੰਚ ਜਾਣਗੇ, ਉਹ ਆਪੇ ਮੈਨੇਜ ਕਰਨਗੇ। ਫਿਰ ਉਹਨਾਂ ਨੇ ਇੱਕ ਉਦਾਹਰਣ ਵੀ ਦਿੱਤੀ ਆ, ਤੁਸੀਂ ਕਹਿੰਦੇ ਸਿੰਘੂ ਬਾਰਡਰ ਆ ਜੇ ਅਸੀਂ ਬੰਦ ਕੀਤਾ ਹੋਇਆ ਲੱਗਦਾ ਸਾਰਿਆਂ ਨੂੰ, ਪਰ ਇੱਥੋਂ ਦੇਖੋ ਕਦੇ ਟ੍ਰੈਫਿਕ ਰੁਕਿਆ, ਕਿਉਂਕਿ ਆਮ ਜਨਤਾ ਜਿਹੜੀ ਆ ਉਹ ਹਾਲੇ ਵੀ ਜਾਣ ਰਹੀ ਆ, ਪੂਰੀ ਤਰ੍ਹਾਂ ਦਾ ਅਸੀਂ ਬੰਦ ਹੀ ਨਹੀਂ ਕੀਤਾ ਕਿਸੇ ਨੂੰ। ਅਤੇ ਉਹਦਾ ਹੀ ਜਿਹੜੀ ਮੈਨੇਜਮੈਂਟ ਆ, ਉਹਦਾ ਜਿਹੜਾ ਪ੍ਰਬੰਧ ਆ, ਉਹ ਸਾਡੇ ਨੌਜਵਾਨ ਵਲੰਟੀਅਰ ਆਪ ਰੋਡ 'ਤੇ ਖੜ੍ਹੇ ਹੋ ਕੇ ਇਕੱਲੀ ਇਕੱਲੀ ਗੱਡੀ ਇਕੱਲੀ ਇਕੱਲੀ ਵਾਹਨ ਲੰਘਾਉਂਦੇ ਆ। ਸੋ ਪੁਲਿਸ ਦਾ ਜਿਹੜਾ ਰਵੱਈਆ ਦੇਖ ਕੇ ਉਹ ਕਿਸਾਨਾਂ ਦੇ ਹੌਸਲੇ ਥੋੜ੍ਹੇ ਜਿਹੇ ਬੁਲੰਦ ਆ ਇਹਦੇ ਮਾਮਲੇ 'ਚ, ਪਰ ਲੱਗਦਾ ਇਹ ਆਪ ਇਹ ਸਰਕਾਰ ਜਿਹੜੀ ਆ ਉਹ ਇਹਨੂੰ ਲੈ ਕੇ ਟਕਰਾਅ ਤੋਂ ਪਿੱਛੇ ਹਟਣਾ ਚਾਹੁੰਦੀ ਆ, ਕਿਉਂਕਿ ਜੇ ਇਹਨੂੰ ਇੰਨਾ ਹਾਈਪ ਕਰਤਾ ਗਿਆ ਅਤੇ ਜਿੱਥੇ ਪਹਿਲਾਂ ਇੰਨੀ ਹਾਈਲਾਈਟ ਮਿਲੀ ਹੋਈ ਆ ਕਿਸਾਨਾਂ ਨੂੰ, ਉਹਨੂੰ ਉਦੋਂ ਜ਼ਿਆਦਾ ਹਾਈਲਾਈਟ ਸਰਕਾਰ ਦੇਣੀ ਨਹੀਂ ਚਾਹੀਦੀ। ਅਤੇ ਪੁਲਿਸ ਦਾ ਵੀ ਲੱਗਦਾ ਆ ਵੀ ਉਹ ਇਹਨਾਂ ਨੂੰ ਸਮੂਥਲੀ ਜਾਂ ਤਾਂ ਕੁਛ ਗਿਣਤੀ ਦੇ ਦੂਗੀ ਵੀ ਤੁਸੀਂ ਇਹ ਤੋਂ ਵੱਧ ਟਰੈਕਟਰ ਨਹੀਂ ਲਿਜਾਣੇ, ਜਾਂ ਗਿਣਤੀ ਬੰਦਿਆਂ ਦੀ ਦੇ ਦੂਗੀ ਕਿਸਾਨਾਂ ਦੀ ਵੀ ਤੁਸੀਂ ਇਹ ਤੋਂ ਵੱਧ ਕਿਸਾਨ ਅੰਦਰ ਨਹੀਂ ਜਾਣਾ, ਤੁਸੀਂ ਸਮੂਥਲੀ ਕਰ ਸਕਦੇ ਆ। ਇੱਦਾਂ ਹੋ ਜਾਂਦਾ ਤਾਂ ਫਿਰ ਲੱਗਦਾ ਆ ਵੀ ਇਹਨਾਂ ਦਾ ਟਕਰਾਅ ਵੀ ਚੱਲ ਜਾਊਗਾ, ਪਰ ਟਕਰਾਅ ਹੋਣਾ ਚਾਹੀਦਾ ਵੀ ਨਹੀਂ ਆ, ਕਿਉਂਕਿ ਕਿਸਾਨ ਆਗੂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਆ ਸਾਡਾ ਕਿਸੇ ਨਾਲ ਕੋਈ ਟਕਰਾਅ ਨਹੀਂ, ਕਿਸੇ ਨਾਲ ਕੋਈ ਕਬਜ਼ਾ ਕਰਨ ਦਾ, ਕਿਸੇ ਦਾ ਕੋਈ ਦਖਲ ਦੇਣ ਦਾ ਕਿਸੇ ਤਰ੍ਹਾਂ ਦਾ ਵੀ ਇਰਾਦਾ ਹੈ ਨਹੀਂ। ਅਸੀਂ ਤਾਂ ਆਪਣਾ ਇੱਕ ਦਬਾਅ ਪਾਉਣਾ ਸਰਕਾਰ ਨੂੰ ਦਿਖਾਲਣਾ ਆ ਵੀ ਤੁਸੀਂ ਸਾਡੀ ਜਿਹੜੀ ਮੰਗ ਮੰਨਦੇ ਨਹੀਂ, 3-4 ਮਹੀਨੇ ਹੋ ਗਏ ਆ ਵੀ ਉਹਦੇ ਲਈ ਸਾਨੂੰ ਇਹ ਕੰਮ ਕਰਨਾ ਪੈ ਰਿਹਾ, ਤੁਸੀਂ ਹਾਲੇ ਵੀ ਮੰਨ ਜਾਓ ਤਾਂ ਅਸੀਂ 26 ਦੀ ਪਰੇਡ ਕਰਨੀ ਕਿਉਂ, ਅਸੀਂ ਹੁਣੇ ਵਾਪਸ ਮੁੜ ਜਾਂਦੇ ਹਾਂ ਜੀ। ਸ਼ੇਰਗਿੱਲ ਸਾਹਿਬ, ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਤੁਸੀਂ ਗੱਲ ਕਰ ਰਹੇ ਸੀ ਪੁਲਿਸ ਦੇ ਰਵੱਈਏ ਦੀ, ਪਰ ਸ਼ਿਮਲਾ ਦੇ ਵਿੱਚ ਪੁਲਿਸ ਦਾ ਰਵੱਈਆ ਕੁਛ ਖਾਸਾ ਚੰਗਾ ਨਹੀਂ ਦਿਖਿਆ। 3 ਕਿਸਾਨ ਉੱਥੇ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਖੇਤੀ ਬਿੱਲਾਂ ਦੇ ਖਿਲਾਫ, ਅਤੇ ਉਹਨਾਂ ਨੂੰ ਅਰੈਸਟ ਕਰ ਲਿਆ ਪੁਲਿਸ ਨੇ, ਅਤੇ 107 ਅਤੇ 150 ਦੀਆਂ ਧਾਰਾਵਾਂ ਲਾ ਦਿੱਤੀਆਂ। ਇਹ ਕਿੱਥੇ ਦਾ ਲੋਕਤੰਤਰ ਹੈ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਹਿਮਾਚਲ ਤੋਂ ਅਜੇ ਤੱਕ ਇਸ ਕਿਸਾਨ ਅੰਦੋਲਨ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਦੀ ਕਿਤੇ ਗੱਲ ਸਾਹਮਣੇ ਆਈ ਨਹੀਂ ਸੀ। ਇਹਨੂੰ ਲੈ ਕੇ ਹੀ ਮੋਹਾਲੀ ਦੇ ਜਿਹੜੇ ਕੁਛ ਕਿਸਾਨ ਸੀਗੇ ਜਿਹੜੇ ਨੌਜਵਾਨ, ਉਹ ਸਿੰਘੂ ਬਾਰਡਰ ਤੋਂ ਉਹਨਾਂ ਦੇ ਖਿਆਲ ਆਇਆ ਹੋਣਾ ਵੀ ਯਾਰ ਸਾਡਾ ਗੁਆਂਢੀ ਸੂਬਾ ਆ, ਜੇ ਹਰਿਆਣਾ ਸਾਡੇ ਨਾਲ ਆ, ਰਾਜਸਥਾਨ ਸਾਡੇ ਨਾਲ ਆ, ਯੂਪੀ ਸਾਡੇ ਨਾਲ ਆ, ਹਿਮਾਚਲ ਤੋਂ ਅਜੇ ਤੱਕ ਕੋਈ ਇਹੋ ਜਿਹੀ ਚੜ੍ਹਾਈ ਹੋਈ ਨਹੀਂ ਉੱਥੋਂ, ਜਿਵੇਂ ਕਿ ਉੱਤਰਾਖੰਡ ਤੋਂ ਵੀ ਆਪਾਂ ਦੇਖੀ ਹੋ ਗਈ ਸੀਗੀ। ਉਹਨੂੰ ਲੈ ਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ 'ਚ ਗੱਲ ਆਈ ਆ ਵੀ ਆਪਾਂ ਹਿਮਾਚਲ ਵਾਲਿਆਂ ਨੂੰ ਵੀ ਕਿਤੇ ਜਾਗਰੂਕ ਕਰੀਏ ਜਾ ਕੇ। ਉਹਦੇ ਕਰਕੇ ਹੀ ਸਿੰਘੂ ਬਾਰਡਰ ਤੋਂ ਬੈਠੇ ਬੈਠੇ ਉਹਨਾਂ ਨੌਜਵਾਨਾਂ ਨੇ ਪ੍ਰੋਗਰਾਮ ਬਣਾਇਆ ਅਤੇ ਉਹ ਜਾ ਪਹੁੰਚੇ ਸ਼ਿਮਲੇ। ਸ਼ਿਮਲੇ ਜਾ ਕੇ ਉਹਨਾਂ ਨੇ ਕਰਨਾ ਤਾਂ ਕੁਛ ਨਹੀਂ ਸੀਗਾ, ਉਹਨਾਂ ਨੇ ਉਹ ਖੇਤੀ ਕਾਨੂੰਨਾਂ ਦੇ ਖਿਲਾਫ਼ ਔਰ ਖੇਤੀ ਕਾਨੂੰਨਾਂ ਬਾਰੇ ਉੱਥੇ ਦੱਸਣਾ ਹੀ ਸੀਗਾ ਵੀ ਜਿਹੜੇ ਕਿਸਾਨ ਆ ਉਹਨਾਂ ਲਈ ਇਹ ਕਿੰਨਾ ਮਾੜਾ ਆ ਬਿੱਲ, ਕਿੰਨੇ ਮਾੜੇ ਇਹ ਕਾਨੂੰਨ ਆ, ਅਤੇ ਕਿਸ ਤਰੀਕੇ ਦਾ ਉਹਨਾਂ ਦਾ ਭਵਿੱਖ ਜਿਹੜਾ ਉਹ ਮੋਦੀ ਸਰਕਾਰ ਸੈਂਟਰ ਸਰਕਾਰ ਖਰਾਬ ਕਰਨ 'ਤੇ ਤੁਲੀ ਹੋਈ ਆ। ਪਰ ਉੱਥੇ ਹੋਇਆ ਕੀ ਵੀ ਪੁਲਿਸ ਨੂੰ ਕਿਤੇ ਮਿਲ ਗਈ ਸੂਹ ਜਾਂ ਕਿਸੇ ਨੇ ਦੱਸਤਾ ਹੋਊਗਾ, ਅਤੇ ਉਹਨਾਂ ਨੇ ਜੀ ਉਹ 3 ਕਿਸਾਨ ਜਿਹੜੇ ਆ ਨੌਜਵਾਨ ਉਹ ਫੜ ਲਏ, ਫੜ ਕੇ ਉਹਨਾਂ ਨੇ ਖਿੱਚਦੂ ਵੀ ਕੀਤੀ ਆ, ਧੱਕਾ ਮੁੱਕੀ ਵੀ ਕੀਤੀ ਆ। ਪਰ ਉਹ ਬਾਅਦ ਦੇ ਵਿੱਚ ਜਦੋਂ ਉੱਥੋਂ ਦੇ ਸ਼ਿਮਲੇ ਦੇ SP ਨੇ ਦੱਸਿਆ ਬਈ ਹਾਈ ਕੋਰਟ ਦੀ ਇੱਥੇ ਮਨਾਹੀ ਆ ਰਿਜ ਮੈਦਾਨ ਅਤੇ ਮਾਲ ਰੋਡ ਦੇ ਵਿੱਚ ਪ੍ਰਦਰਸ਼ਨ ਕਰਨ ਦੀ ਕਿਸੇ ਤਰ੍ਹਾਂ ਦੀ, ਖੈਰ ਇਹਨਾਂ ਕਿਸਾਨਾਂ ਨੂੰ ਵੀ ਹੋ ਸਕਦਾ ਨਾ ਪਤਾ ਹੋਵੇ, ਪਰ ਉਹਨਾਂ ਨੇ ਜਦੋਂ ਇਹ ਗੱਲ ਦੱਸੀ ਆ ਤਾਂ ਜੇ ਸ਼ਾਂਤਮਈ ਤਰੀਕੇ ਨਾਲ ਕੋਈ ਇੱਦਾਂ ਜਾ ਕੇ ਪ੍ਰਦਰਸ਼ਨ ਕਰਦਾ ਆ, ਪ੍ਰਦਰਸ਼ਨ ਤਾਂ ਹੋਣਾ ਸੀ ਜੇ ਬਹੁਤ ਵੱਡੀ ਗਿਣਤੀ 'ਚ ਹੋਣਾ ਸੀ, 3 ਜਣਿਆਂ ਦਾ ਕੀ ਪ੍ਰਦਰਸ਼ਨ ਹੁੰਦਾ ਆ, ਇਹ ਵੀ ਉਹਨਾਂ ਨੂੰ ਸੋਚਣਾ ਚਾਹੀਦਾ। ਠੀਕ ਆ, ਹਾਈਕੋਰਟ ਦੀ ਗੱਲ ਮੰਨਣ ਵਾਲੀ ਹੁੰਦੀ ਆ ਔਰ ਉਹਦੇ ਤੋਂ ਕੋਈ ਮੁਨੱਕਰ ਹੋ ਨਹੀਂ ਸਕਦਾ, ਉਹਨਾਂ ਦੀ ਹਰ ਹਾਲ ਦੇ ਵਿੱਚ ਜਿਹੜਾ ਆਦੇਸ਼ ਆ ਉਹ ਪਾਲਣਾ ਕਰਨਾ ਹਰੇਕ ਨਾਗਰਿਕ ਦਾ ਫਰਜ਼ ਬਣਦਾ ਆ। ਪਰ ਉੱਥੇ ਗਿਣਤੀ 3 ਦੀ ਆ ਅਤੇ ਪ੍ਰਦਰਸ਼ਨ ਜਦੋਂ ਆਪਾਂ ਲੈਂਦੇ ਹਾਂ ਤਾਂ ਘੱਟੋ ਘੱਟ ਜੇ 10 ਗਿਣਤੀ ਦਾ ਘੱਟ ਤੋਂ ਘੱਟ ਲਈਏ ਅਬਲਕੀ ਜਿਹੜਾ ਪ੍ਰਦਰਸ਼ਨ ਆ ਉਹ ਹੁੰਦਾ ਵੀ ਵੱਡੀ ਗਿਣਤੀ 'ਚ ਆ, 40-50 ਲਾ ਲਓ, 100 ਲਾ ਲਓ ਬੰਦਾ। ਜੇ 3 ਜਣਿਆਂ ਨੂੰ ਲੈ ਕੇ ਤੁਸੀਂ ਕਹੋ ਵੀ ਇਹ ਪ੍ਰਦਰਸ਼ਨ ਕਰਦੇ ਸੀਗੇ ਤਾਂ ਜਾਂ ਇੱਥੇ ਕੋਈ ਇਹੋ ਜਿਹੀ ਸ਼ਾਂਤੀ ਭੰਗ ਕਰਨ ਆਏ ਸੀਗੇ ਤਾਂ ਇਹ ਤਾਂ ਉਹਨਾਂ ਦੀ ਹਿਮਾਚਲ ਦੀ ਪੁਲਿਸ ਦੇ ਉੱਤੇ ਵੀ ਸਵਾਲ ਖੜ੍ਹੇ ਹੋ ਜਾਂਦੇ ਆ। ਹੋ ਸਕਦਾ ਇਹ ਜਿੱਥੋਂ ਤੱਕ ਕਿਸਾਨ ਆਗੂਆਂ ਦੇ ਰਿਐਕਸ਼ਨ ਤੋਂ ਪਤਾ ਲੱਗਦਾ ਵੀ ਇਹ ਬੋਲਣ ਦੀ ਆਜ਼ਾਦੀ ਜਿਹੜੀ ਆ ਉਹਦੇ 'ਤੇ ਇੱਕ ਕਿਸਮ ਨਾਲ ਡੰਡਾ ਆ।
ਉਹਨੂੰ ਇਹਨਾਂ ਨੇ ਦੱਬਣ ਦੀ ਕੋਸ਼ਿਸ਼ ਕੀਤੀ ਆ ਉੱਥੋਂ ਦੇ ਪੁਲਿਸ ਵਾਲਿਆਂ ਨੇ। ਇਹ ਚਾਹੀਦਾ ਨਹੀਂ ਸੀਗਾ, ਜੇ ਤਾਂ ਉਹਨਾਂ ਨੇ ਸ਼ਾਂਤ, ਜੇ ਤਾਂ ਕਿਸੇ ਤਰੀਕੇ ਨਾਲ ਸ਼ਾਂਤੀ ਭੰਗ ਕੀਤੀ ਹੁੰਦੀ ਫਿਰ ਤਾਂ ਉਹਨਾਂ ਦੀ ਕਾਰਵਾਈ ਬਣਦੀ। ਸ਼ਾਂਤੀ ਤਾਂ ਉਹਨਾਂ ਨੇ ਉੱਥੇ ਨਹੀਂ ਭੰਗ ਕੀਤੀ ਜਿੱਥੇ 2-3-2.5 ਲੱਖ ਬੰਦਾ ਬੈਠਾ ਆ, ਅਤੇ ਉਹ ਤਿੰਨਾਂ ਜਣਿਆਂ ਨੇ ਕੀ ਸ਼ਾਂਤੀ ਭੰਗ ਕਰਨੀ ਸੀ? ਉਹ ਤਾਂ ਜਸਟ ਉੱਥੇ ਜਾ ਕੇ ਸਮਝਾਉਣ ਲੱਗੇ ਸੀ ਇਹਦੇ ਬਾਰੇ, ਤਾਂ ਕਿ ਉੱਥੋਂ ਦੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਔਰ ਸਾਡੇ ਨਾਲ ਜਿਹੜੇ ਕਿਸਾਨ ਬੈਠੇ ਆ ਉਹਨਾਂ ਨਾਲ ਉਹਨਾਂ ਨੂੰ ਰਲਾਇਆ ਜਾਵੇ। ਜੀ ਜੀ ਸ਼ੇਰਗਿੱਲ ਸਾਹਿਬ, ਜੇ ਗੱਲ ਕਰੀਏ ਭਾਜਪਾ ਸਰਕਾਰ ਦੀ, ਤੇ ਇਹ ਗਿਰਗਿਟ ਵਾਂਗ ਰੰਗ ਬਦਲ ਰਹੇ ਨੇ। ਪਹਿਲਾਂ ਤੇ ਆਪਣੇ ਮੋਦੀ ਸਰਕਾਰ ਦੇ ਕਹਿਣ ਤੇ, ਉਹਨਾਂ ਦੇ ਵਜ਼ੀਰਾਂ ਤੇ ਕਹਿਣ ਤੇ, ਇਹ ਕਿਸਾਨਾਂ ਨੂੰ ਖੇਤੀ ਬਿੱਲਾਂ ਦਾ ਪਾਠ ਪੜ੍ਹਾਉਂਦੇ ਸੀ, ਫਾਇਦੇ ਗਿਣਾਉਂਦੇ ਸੀ, ਤੇ ਹੁਣ ਉਹਨਾਂ ਕਿਸਾਨਾਂ ਦੀ ਹਮਾਇਤ ਤੇ ਉੱਤਰ ਆਏ ਨੇ, ਕਿਸ ਤਰ੍ਹਾਂ ਦੇਖਦੇ ਹੋ? ਫਾਇਦੇ ਤਾਂ ਹੁਣ ਵੀ ਗਿਣਾਉਂਦੇ ਆ, ਛੱਡਦੇ ਹਜੇ ਵੀ ਹੈ ਨਹੀਂ। ਭਾਜਪਾ ਆਗੂਆਂ ਦੇ ਦਿਮਾਗ 'ਚ ਇੱਕੋ ਗੱਲ ਫਸੀ ਆ ਵੀ ਹਾਂ ਵੀ ਫਾਇਦੇ ਹੀ ਫਾਇਦੇ ਆ। ਮੈਂ ਇਹ ਦਾਅਵੇ ਨਾਲ ਕਹਿ ਸਕਦਾ ਵੀ ਜਿੰਨੇ ਭਾਜਪਾ ਦੇ ਆਗੂ ਅੱਜ ਕੱਲ੍ਹ ਜਾਂ ਪਿਛਲੇ ਸਮੇਂ 'ਚ ਜਾਂ ਆਉਂਦੇ ਸਮੇਂ 'ਚ ਜਿੰਨਾ ਚਿਰ ਤੱਕ ਕੇਂਦਰ ਦੀ ਸਰਕਾਰ ਹੈਗੀ ਆ, ਪਤਾ ਨਹੀਂ ਅੱਜ ਆ ਕੱਲ੍ਹ ਆ, ਸਾਲ 2-5 ਸਾਲ ਚੱਲਣੀ ਆ, ਉਦੋਂ ਤੱਕ ਤਾਂ ਇਹ ਫਾਇਦੇ ਹੀ ਗਿਣਾਉਣਗੇ। ਪਰ ਇਹ ਹੀ ਆਗੂ ਜਦੋਂ ਸਰਕਾਰ ਬਦਲ ਗਈ, ਸੱਤਾ ਤਬਦੀਲ ਹੋ ਗਈ, ਕਿਸੇ ਹੋਰ ਪਾਰਟੀ 'ਚ ਚਲੇ ਗਏ, ਤਾਂ ਸਭ ਤੋਂ ਪਹਿਲਾਂ ਭੰਡਣ ਵਾਲਿਆਂ 'ਚੋਂ ਕਾਨੂੰਨ ਨੂੰ ਇਹ ਹੀ ਹੋਣਗੇ। ਮੈਂ ਦਾਅਵੇ ਨਾਲ ਕਹਿ ਰਿਹਾ ਕਿਉਂਕਿ ਆਮ ਉਮਨ ਪਹਿਲਾਂ ਹੁੰਦਾ ਹੀ ਇੱਦਾਂ ਆ, ਜਿਹੜੇ ਬੰਦੇ ਪਹਿਲਾਂ ਕਿਤੇ ਸਰਕਾਰ 'ਚ ਰਹਿੰਦੇ ਆ ਕਹਿੰਦੇ ਰਹਿੰਦੇ ਨੇ ਬਹੁਤ ਵਧੀਆ ਕੰਮ ਕੀਤਾ, ਬਹੁਤ ਵਧੀਆ ਕੰਮ ਕੀਤਾ, ਉਹ ਮਿੰਟ 'ਚ ਜਦੋਂ ਪਾਸਾ ਪਲਟਦੇ ਆ ਫਿਰ ਪਤਾ ਨਹੀਂ ਲੱਗਦਾ ਉਹਨਾਂ ਦੇ ਦਿਮਾਗ 'ਚ ਐਸੀ ਕਿਹੜੀ ਘੁੰਡੀ ਫਿੱਟ ਹੋ ਜਾਂਦੀ ਆ ਜਾਂ ਕਿਹੜਾ ਸਕਰੂ ਇਹੋ ਜਿਹਾ ਦੱਬ ਹੋ ਜਾਂਦਾ ਵੀ ਉਹ ਆਪਣੀ ਸਰਕਾਰ ਦੇ ਵਿੱਚ ਰਿਹਾਂ ਨੂੰ ਵੀ ਆਪ ਹੀ ਭੰਡਣਾ ਸ਼ੁਰੂ ਕਰ ਦਿੰਦੇ ਵੀ ਅਸੀਂ ਤਾਂ ਯਾਰ ਐਵੇਂ 4-5 ਸਾਲ ਉਹਨਾਂ ਕੋਲ ਗਵਾ ਲਏ ਆ। ਸੋ ਇਹ ਜਿਹੜੇ ਹੁਣ ਭਾਜਪਾ ਆਗੂ ਆ ਹਾਲੇ ਵੀ ਗਣਾਈ ਤਾਂ ਫਾਇਦੇ ਜਾਂਦੇ ਆ, ਪਰ ਉਹ ਕਰਨ ਕੀ? ਮਜਬੂਰੀ ਆ, ਮੁਹਰੇ ਨਗਰ ਕੌਂਸਲ ਅਤੇ ਨਗਰ ਨਿਗਮ ਚੋਣਾਂ ਆ ਗਈਆਂ। ਹੁਣ ਉਹ ਚੋਣਾਂ ਜਿਹੜੀਆਂ ਆ ਉਹ 2022 ਦੀਆਂ ਸੈਮੀਫਾਈਨਲ ਮੰਨਿਆ ਜਾ ਰਿਹਾ, ਕਿਉਂਕਿ 2022 ਦੇ ਵਿੱਚ ਇਹਨਾਂ ਦਾ ਫਾਈਨਲ ਆ ਜਾਣਾ, ਉਦੋਂ ਵਿਧਾਨ ਸਭਾ ਚੋਣਾਂ ਆ, ਅਤੇ ਸਥਾਨਕ ਸਰਕਾਰਾਂ ਦੇ ਵਿੱਚ ਜਦੋਂ 65 ਵੱਜਦੀ ਆ, ਉੱਥੋਂ ਦੇ ਮੇਅਰ ਚੁਣੇ ਜਾਣੇ ਆ, ਉੱਥੋਂ ਦੇ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਕਈ ਕੌਂਸਲਾਂ ਦੇ ਮੈਂਬਰ ਚੁਣੇ ਜਾਣੇ ਆ, ਕੌਂਸਲਰ ਬਣਨੇ ਆ, ਨਿਗਮ ਦੇ ਮੈਂਬਰ ਬਣਨੇ ਆ, ਉਹਨਾਂ ਦੇ ਆਧਾਰ 'ਤੇ ਹੀ ਇਹਨਾਂ ਨੇ ਆਪਣੀ ਜਿਹੜੀ ਆਉਣ ਵਾਲੀ ਚੋਣਾਂ ਦੀ ਤਿਆਰੀ ਕਰਨੀ ਹੁੰਦੀ ਆ। ਅਤੇ ਜਦੋਂ ਹੁਣ ਨਿਗਮ ਚੋਣਾਂ ਆ ਗਈਆਂ ਤਾਂ ਚੋਣਾਂ ਚਾਹੇ ਕਿਸੇ ਤਰ੍ਹਾਂ ਦੇ ਵੀ ਹੋਣ, ਤਾਂ ਫਿਰ ਜਦੋਂ ਸਿਆਸੀ ਆਗੂ ਪੈਂਤੜਾ ਜਾਂ ਗਿਰਕਟ ਵਾਂਗੂ ਰੰਗ ਨਾ ਬਦਲੇ ਤਾਂ ਫਿਰ ਉਹਨੂੰ ਸਿਆਸੀ ਵੀ ਬੰਦਾ ਕਹਿ ਹੀ ਨਹੀਂ ਸਕਦੇ। ਸੋ ਇਹ ਗੱਲ ਹੋਈ ਆ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ, ਕੋਟਕੂਪਲਾ ਇਲਾਕੇ ਦੀ ਗੱਲ ਆ, ਉੱਥੇ ਭਾਜਪਾ ਵਾਲਿਆਂ ਨੇ, ਖੈਰ ਦੇਰ ਆਏ ਦਰੁਸਤ ਆਏ ਵੀ ਇਹਦੇ 'ਤੇ ਆਪਾਂ ਲਾ ਸਕਦੇ ਹਾਂ, ਬਈ ਉਹਨਾਂ ਨੂੰ ਹੁਣ ਸਮਝ ਲੱਗੀ ਵੀ ਅਸੀਂ ਕਿਸਾਨ ਅੰਦੋਲਨ ਦਾ ਸਮਰਥਨ ਕਰਨਾ ਆ, ਔਰ ਉਹਨਾਂ ਨੇ ਲਿਖਤੀ ਤੌਰ 'ਤੇ ਜਿਨ੍ਹਾਂ ਨੂੰ ਦਸਤਖਤ ਆਉਂਦੇ ਸੀ ਦਸਤਖਤ ਕੀਤੇ ਆ, ਜਿਨ੍ਹਾਂ ਨੇ ਅੰਗੂਠਾ ਲਾਉਣਾ ਜਾਣਦੇ ਸੀ ਅੰਗੂਠਾ ਲਾਇਆ ਆ, ਔਰ ਉਹਨੇ ਪੱਕੇ ਤੌਰ 'ਤੇ ਲਿਖ ਕੇ ਦਿੱਤਾ ਭਾਈ ਅਸੀਂ ਤੁਹਾਡੇ ਨਾਲ ਆ, ਕਿਸਾਨ ਸਮਰਥਨ ਕਰਦੇ ਹਾਂ, ਜੋ ਸਾਡੀ ਸਰਕਾਰ ਨੇ ਬਿੱਲ ਪਾਸ ਕੀਤੇ ਉਹ ਕਿਸਾਨਾਂ ਦੇ ਖਿਲਾਫ ਆ। ਹੁਣ ਉਹਨੂੰ ਕਿਸ ਤਰੀਕੇ ਨਾਲ ਲੈਂਦੀ ਆ ਜਿਹੜੀ ਹਾਈਕਮਾਂਡ ਹੈ ਭਾਜਪਾ, ਜਾਂ ਉਹਦੇ ਵਿੱਚ ਅੰਦਰਲੀ ਉਹਨਾਂ ਦੀ ਗੱਲ ਕਿੱਥੋਂ ਤੱਕ ਜਾਇਜ਼ ਆ ਵੀ ਨਿਗਮ ਚੋਣਾਂ ਆਈਆਂ ਤਾਂ ਫਿਰ ਅਸੀਂ ਤੁਹਾਡੇ ਨਾਲ ਹੀ ਹਾਂ, ਹਲਦੀ ਘੜੀ ਸਾਨੂੰ ਬਦਲ ਲੈਣ ਤੋਂ ਕਿਹੜੀ ਗੱਲ ਆ? ਜਦੋਂ ਗਿਰਗਟ ਹੀ ਕਹਿਤਾ ਤੇ ਹੁਣ ਅੱਜ ਰੰਗ ਪੀਲਾ ਕਰ ਲਿਆ, ਨਿਗਮ ਚੋਣਾਂ 14 ਫਰਵਰੀ ਨੂੰ ਆ, 15 ਨੂੰ ਫਿਰ ਬਦਲ ਕੇ ਉਹ ਹਰਾ ਕਰ ਲੈਣਗੇ ਤਾਂ ਫਿਰ ਕੀ ਫਰਕ ਪੈ ਚੱਲਿਆ? ਸੋ ਉਹਨਾਂ ਦੇ ਉੱਤੇ ਹਾਲੇ ਤੱਕ ਤਾਂ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਉਹ ਪਾਰਟੀ ਨਹੀਂ ਛੱਡਦੇ, ਕਿਉਂਕਿ ਕਿਸਾਨਾਂ ਨੇ ਵੀ ਇਹ ਕਿਹਾ ਵੀ ਜੇ ਕਿਸੇ ਸਿਆਸੀ ਬੰਦੇ ਨੇ ਸਾਡਾ ਸਮਰਥਨ ਵੀ ਕਰਨਾ ਨਾ ਤਾਂ ਉਹਨੂੰ ਪਾਰਟੀ ਔਰ ਪਾਰਟੀ ਦਾ ਝੰਡਾ ਇਹ ਛੱਡਣਾ ਪਊਗਾ। ਔਰ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਈ ਭਾਜਪਾ ਦੇ ਆਗੂ ਜਿਹੜੇ ਆ ਅਸਤੀਫੇ ਦੇ ਚੁੱਕੇ ਆ, ਪਾਰਟੀ ਛੱਡ ਚੁੱਕੇ ਆ। ਹੁਣ ਜੇ ਇਹਨਾਂ ਨੇ ਲਿਖਤੀ ਤੌਰ 'ਤੇ ਦਿੱਤਾ ਆ, ਲਿਖਤੀ ਤੌਰ 'ਤੇ ਦਾ ਮਾਇਨਾ ਕਿੰਨਾ ਕੁ ਰੱਖਦੇ ਆ, ਜਾਂ ਇਹਨੂੰ ਜਿਹੜੇ ਉੱਥੋਂ ਦੇ ਵੋਟਰ ਆ ਉਹ ਕਿੰਨਾ ਇਹਨੂੰ ਪ੍ਰਵਾਨ ਕਰਦੇ ਆ, ਇਹਦਾ ਅਸਰ ਜਿਹੜਾ ਉਹ ਹੋਰਾਂ ਨਗਰ ਕੌਂਸਲ ਚੋਣਾਂ 'ਤੇ, ਹੋਰਨਾਂ ਨਗਰ ਨਿਗਮਾਂ 'ਤੇ ਕਿੰਨਾ ਪੈਂਦਾ ਆ, ਇਹ ਆਉਣ ਵਾਲੀ ਜਿਹੜਾ ਸਮਾਂ ਦੱਸੂਗਾ। ਹਜੇ ਚੋਣਾਂ ਨੂੰ 1 ਮਹੀਨਾ ਪਿਆ ਆ, ਪਰ ਇਹ ਜ਼ਰੂਰ ਆ ਵੀ ਭਾਜਪਾ ਦੇ ਮਨ ਦੇ ਵਿੱਚ ਇੰਨੀ ਗੱਲ ਤਾਂ ਹੈਗੀ ਆ ਵੀ ਜੋ ਕਿਸਾਨ ਕਰ ਰਹੇ ਆ ਜਾਂ ਜੋ ਕਿਸਾਨ ਅੰਦੋਲਨ ਜਿਹਦੇ ਕਰਕੇ ਕਰ ਰਹੇ ਆ ਉਹ ਜਾਇਜ਼ ਆ, ਪਰ ਡੰਡੇ ਤੋਂ ਡਰਦੇ ਬੋਲਦੇ ਨੇ। ਹੋ ਸਕਦਾ ਇਹਨਾਂ ਨੂੰ ਭੱਜਣ ਦਾ ਕੋਈ ਰਾਹ ਨਾ ਲੱਭ ਰਿਹਾ ਹੋਵੇ। ਬਿਲਕੁਲ, ਦੇਖੋ ਹੁਣ ਸਾਰੀ ਤਰੀਕੇ ਨਾਲ ਤਾਂ ਉਹਨਾਂ ਨੂੰ ਬੰਦ ਕੀਤਾ ਹੋਇਆ, ਜਿੱਥੇ ਵੀ ਜੇ ਘਰਾਂ 'ਚ ਡੱਕਿਆ ਤਾਂ ਘਰਾਂ 'ਚ ਹੀ ਆ, ਕਿਤੇ ਮੀਟਿੰਗਾਂ ਉਹ ਨਹੀਂ ਕਰ ਸਕਦੇ, ਕਿਤੇ ਪਾਰਟੀ ਦੇ ਵਿੱਚ ਜਾਂਦੇ ਆ ਕਿਤੇ ਹੈੱਡਕੁਆਟਰ ਜਾਂਦੇ ਉਹ ਨਹੀਂ ਕਰ ਸਕਦੇ, ਕਿਸੇ ਪ੍ਰੈਸ ਕਾਨਫਰੰਸ ਕਰਦੇ ਉਹ ਨਹੀਂ ਜਾ ਸਕਦੇ ਆ। ਹੁਣ ਉਹਨਾਂ ਨੂੰ ਆਪਣਾ ਰਾਹ ਤਾਂ ਲੱਭਣਾ ਪੈਣਾ ਨਾ ਭੱਜਣ ਦਾ, ਉਹ ਆਪਣਾ ਰਾਹ ਹੀ ਤਲਾਸ਼ਦੇ ਆ। ਜੀ ਜੀ ਸ਼ੇਰਗਿੱਲ ਸਾਹਿਬ, ਅਸੀਂ ਮੋਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਹੁਣ ਗੋਦੀ ਮੀਡੀਆ ਨੂੰ ਵੀ ਇੱਥੇ ਭੁੱਲ ਨਹੀਂ ਸਕਦੇ। ਜੀ, ਰਿਪਬਲਿਕ ਟੀਵੀ ਦੇ ਮੁੱਖ ਸੰਪਾਦਕ ਜਿਹੜੇ ਅਰਨਬ ਗੋਸਵਾਮੀ ਨੇ, ਉਹ ਅੱਜ ਕੱਲ੍ਹ ਬਹੁਤ ਸੁਰਖੀਆਂ 'ਚ ਛਾਏ ਹੋਏ ਨੇ, ਉਹਨਾਂ ਦੀ ਚੈਟ ਲੀਕ ਹੋ ਗਈ ਹੈ, ਤਰ੍ਹਾਂ ਤਰ੍ਹਾਂ ਦੇ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ, ਇਹਦੇ ਬਾਰੇ ਤਫਸੀਲ 'ਚ ਸਾਡੇ ਦਰਸ਼ਕਾਂ ਨੂੰ ਦੱਸੋ। ਸਵਲੀਨ ਜੀ, ਗੋਦੀ ਮੀਡੀਆ ਜਿਹੜਾ ਤੁਸੀਂ ਕਿਹਾ ਨਾ, ਇਹਦੇ 'ਤੇ ਹੈਰਾਨਗੀ ਬਹੁਤ ਆਉਂਦੀ ਆ। ਜਦੋਂ ਤਾਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਰੀਆ ਦੀਆਂ ਚੈਟਾਂ ਜਦੋਂ ਲੀਕ ਹੋਈਆਂ ਸੀਗੀਆਂ, ਉਦੋਂ ਮੈਨੂੰ ਲੱਗਦਾ ਵੀ ਘੱਟੋ ਘੱਟ 1.5-2 ਮਹੀਨੇ ਤੋਂ ਵੱਧ ਸਮਾਂ ਹੀ ਇਸੇ ਗੋਦੀ ਮੀਡੀਆ ਨੇ ਇੱਦਾਂ ਉਹਨੂੰ ਨਾ, ਮੈਂ ਹੁਣ ਪੰਜਾਬੀ ਭਾਸ਼ਾ 'ਚ ਕਹਿ ਲਈਏ, ਸਵਾਦ ਲੈ ਲਿਆ ਕਿ ਉਹ ਚੈਟ ਚਲਾਈ ਇਹਨਾਂ ਨੇ।
रिया ने देखो ये चैट भेजी, सुशांत के लिए ये भेजी, उसने ये भेजी, इसके बीच में ये नवा आदमी आ गया, इसके बीच में एक नवी आ गई, वो इन्ना मतलब उन्होंने उसनू हाइप करता सीगा पे रहे रब दा ना, लोकी देख के अक गए सीगे पे चैनल दे विच होर कुछ है ही नहीं दसण नू सवाए सुशांत राजपूत जां रिया दे नाल। पर हुण ओही गोदी मीडिया इन्ने दिनों तो यह वट्सएप चैट लीक होई पई आ, हजे तक कितने नशर नहीं हुई, ना ही उन्होंने इनू एडी इंपोर्टेंस देनी समझी आ, क्योंकि उन्होंने सुशांत तो कहा तो वधना नहीं। हुण यह जिहड़ी चैट आ यह जुड़ जाती है साडे सरकार दे नाल, सरकार दे नाल सरकार दी सिक्योरिटी दे नाल जुड़ जाती आ, उन्हूं पता नहीं उह मीडिया जिहड़ा गोदी आ उह इहो जिहा दबा के बैठ गया वी उह लभदा नहीं कित्थे गया। दूसरी गल अर्नब गोस्वामी जे उत्ते जदों टी आर पी वधाउण दा केस चलदा सीगा उहदे ते रौला पिया सी वी घोटाले दा टी आर पी वधाउण लई, उदों वी जिहड़ा बी ई आर सी आ जिहड़ा टी आर पी रेटिंग करदा आ उहनां दे जिहड़े सी ईओ नाल उहदी चंगी गठ गंढ तुप सीगी करके उहदे नाल रल के इह टी आर पी वधाउंदा रिहा, और सारिआं नूं पता वी किवें उह बोलदा सी ते किवें नहीं बोलदा सी। पर इहो जिही चैट लीक होणी और जो सरकार ने हले दो तीन चार दिन बाद करना उहदा इक मीडिया हाउस नूं एक संपादक नूं पहला पता लग जाना यह बहुत ही गंभीर मामला आ, जिहनूं कि सरकार नूं भी हुण तक नहीं अखां खुल्लियां, उन्होंने भी हजे तक कोई इहदे ते जवाब नहीं दिता, ना ही जवाब देण जोगे आ। इहदा काम बणदा सूचना प्रसारण मंत्री दा, जिन्हें यह देखना चाहीदा सीगा कि यह जिहड़ी चैट गल कर रहा हो कि देखो आने वाले दो तीन दिन दे विच कोई वड्डा होने वाला आ, वो तो साफ जाहर सीगा, और दो तीन दिन बाद वड्डा इहो जिहा होया वी बालाकोट ते सर्जिकल स्ट्राइक करता, ये तो सिक्योरिटी दे नाल एक देश हित नाल जुड़िया होया मामला आ जिहनूं सरकार इन्ना क गुप्त रखती हुंदी आ भी किसे भिणक ना पवे। पर इहो जिहे एक मूँह फट एक दूजे चैनल दे संपादक कोल किवें पहुँच गई गल, इत्थों ये लगता वी सरकार दे अंदर बैठे भी कोई इहो जिहे लोक हैगे आ जिहड़े सरकार दीआं बहुत बारीकी वालीआं जिहड़ीआं चीज़ां आ उह लीक करदे आ, पर इह गाहां जा के किते ना किते सरकार लई और देश लई खतरनाक भी साबित हो सकदीआं हन। इहो जिहे बंदिआं कोल इहो जिही गल्लां लीक होणीआं नहीं चाहीदीआं। जी सर, तुसीं गल कर रहे हो सरकार दे जवाब दी, सरकार कित्थों जवाब दउगी, इत्थे तां उल्टी वाड़ खेत नूं खा रही है। बिल्कुल जी बिल्कुल, गल तां ठीक है तुहाडी, उल्टी वाड़ पहलां तों ही खा रही आ, हुण वी खा रही आ, गाहां वी आउण वाले समें दे विच उहनूं थापड़ा जे हैगा तां सरकार दा ही सीगा, इसे करके तो उहनूं मिली आ। हुण जदों उह पार्थो घोष आ बी ई आर सी का जिहड़ा सी ईओ आ, जिदन यह लीक हुई आ उदन ही विचारा वो छाती जिहा दर्द लैके होस्पिटल दाखिल हो गया। हुण इहो जिहे बंदिआं नूं जदों इहो जिही गल निकलदी आ तां फिर छेती देणी बीमार भी बहुत छेती हुंदे आ। हाले तक भी ना सरकार ने ना साडे गृह मंत्रालय ने ना रक्षा मंत्रालय ने कोई कार्रवाई दिखाई नहीं अजे तक भी इस दी जांच कराई जाए, ये चैट की पहला तो प्रमाणिकता देखी जाए भी सही आ जां झूठ आ, जे सही आ तो कित्थों सही होई आ, इहदे तह तक जाना चाहीदा, इहदी जांच धुर तक होनी चाहीदी आ, आने वाले समय दे विच सरकार की कोई इहो जिही गल लीक करन दी हिम्मत ना करे। जी विचारां दी चर्चा इसे तरह जारी रहेगी, पर हुण वेला हो गया एक छोटी जिही ब्रेक दा, जल्द हाजिर हुंदे आ। ब्रेक तो बाद विचार चर्चा देख रहे दर्शकों का एक बार फिर तो स्वागत है। शेरगिल साहब, जे अमरीका की गल करिए तो अमरीका का निज़ाम बदल रहा है, ट्रंप साहब जिहड़े ने वो सत्ता छड्डन लई आखर नूं तैयार हो गए ने, पर किते ना किते हिंसा का खदशा अजे भी हैगा आ, इहदे बारे सानूं दसो। देखो जी, अमरीका के इतिहास में जे अज तक कोई निखिध राष्ट्रपति साबित होगा तो वह डोनाल्ड ट्रंप ही होणगे, और उन्होंने बड़ी मुश्किल नाल सत्ता छड्डी आ, कुर्सी नूं इहो जी फड़ के बह गए सी। मैं तो कई बार इहदी तुलना भारत के सियासतदानां नाल करदा हुंदा पे, कुर्सी इह वी नहीं छड्डदे, तो पहली बार होया पे अमेरिका का राष्ट्रपति भी कुर्सी नहीं छड्ड रहा। उंज जिहड़ी आम तौर पर पिछली रवायतां हुंदियां रहियां, वो बड़ा वधिया तरीका हुंदा सी वी जे हार गए तो मतलब हार गए, जे जित गए तो मतलब जित गए, किसी ने इन्नी अड़ी नहीं की जिनी ट्रंप ने की आ। पता नहीं कुर्सी का इन्ना मोह क्यों जाग पिया उहनूं, भी वह तो कहता सी मैं सदा लई बना रहा जावा ही ना अमेरिका के राष्ट्रपति दे अहुदे तो। खैर उत्थे चलो दो टर्मा मिलदियां हुंदियां, ये भी उहदे लई एक माड़ी रुझान पैदा कर गया वो भी एक राष्ट्रपति जिहड़ा दूसरी टर्म विच नहीं बन सकिया। पर उहने जदों हुण फेयरवैल एड्रैस किया जिहड़ा अज का दिन आ लास्ट आ, होर चार पाँच घंटे बाद उन्हें वाइट हाउस छड्ड देने, तो उस तो बाद नवा निज़ाम तुसी दस्या वो जो बाइडन राष्ट्रपति तो भारतीय मूल वाली जी कमला हैरिस आ उपराष्ट्रपति चुनी जानी आ। अमरीका लई नवी सवेर की शुरुआत होनी आ जिहड़ी कि उत्थे एक फिरकू कह लिए जां गोरे कालिया दे विच जो तकरार वाली स्थिति, जो टकराव वाली स्थिति, जो हिंसा वाली स्थिति पैदा कर दी गई सी जांदे जांदे राष्ट्रपति वाले ने,
ਉਹ ਕਿਤੇ ਨਾ ਕਿਤੇ ਅਮਰੀਕਾ ਨੂੰ ਸੁੱਖ ਦਾ ਸਾਹ ਜ਼ਰੂਰ ਦਵਾਊਗੀ ਨਵੇਂ ਨਿਜ਼ਾਮ ਦੇ ਵਿੱਚ। ਸੋ ਉਹਨਾਂ ਦਾ ਅੱਜ ਜਿਹੜਾ ਸਹੁੰ ਚੁੱਕ ਸਮਾਰੋਹ ਆ ਉਹਦੇ ਵਿੱਚ ਵੀ ਜਿਹੜਾ ਤੁਸੀਂ ਦੱਸਿਆ ਵੀ ਹਿੰਸਾ ਦਾ ਖਦਸ਼ਾ ਹੈਗਾ, ਬਿਲਕੁਲ ਹੈਗਾ ਉਹਨਾਂ ਇਸ ਕਰਕੇ ਆ ਕਿਉਂਕਿ ਪਿਛਲੇ ਦਿਨੀ ਜਦੋਂ ਟਰੰਪ ਨੇ ਇਹੋ ਜਿਹੀ ਭੜਕਾਹਟ ਕਰਕੇ ਲੋਕਾਂ ਨੂੰ ਉਕਸਾ ਦਿੱਤਾ ਸੀਗਾ ਵੀ ਉਹ ਕੈਪੀਟਲ ਹਿੱਲ ਜਿਹੜੀ ਕਿ ਦੁਨੀਆ ਦੇ ਵਿੱਚ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਆ ਸੰਸਦ, ਉਹਦੇ ਵਿੱਚ ਤੱਕ ਦਾਖਲ ਹੋ ਗਏ ਸੀਗੇ ਲੋਕ ਜਾ ਕੇ। ਵੱਡੀ ਗਿਣਤੀ 'ਚ ਹਿੰਸਾ ਹੋਈ ਸੀ, 4-5 ਬੰਦੇ ਮਰ ਵੀ ਗਏ ਸੀਗੇ, ਖੈਰ ਫੜੇ ਬਹੁਤ ਆ। ਔਰ ਉੱਥੇ ਵੱਡੀ ਗੱਲ ਇਹ ਆ ਵੀ ਜਿੰਨੇ ਇਸ ਹਿੰਸਾ 'ਚ ਸ਼ਾਮਿਲ ਸੀਗੇ ਲੋਕ ਉਹਨਾਂ ਦੀ ਪਛਾਣ ਕਰ ਕਰਕੇ ਉਹਨਾਂ ਨੂੰ ਨੌਕਰੀਆਂ ਕੱਢਿਆ ਜਾ ਰਿਹਾ। ਹੁਣ ਉਹ ਦੇਖਣ ਪਏ ਰਾਸ਼ਟਰਪਤੀ ਵੀ ਉਹਨਾਂ ਦਾ ਗਿਆ, ਉਹਨਾਂ ਦਾ ਰੁਜ਼ਗਾਰ ਵੀ ਖੁੱਸ ਗਿਆ। ਹੁਣ ਆਉਂਦੇ ਦਿਨਾਂ 'ਚ ਪਤਾ ਨਹੀਂ ਉਹਨਾਂ 'ਤੇ ਹੁਣ ਜ਼ਿੰਦਗੀ 'ਤੇ ਨਿਰਵਾਹ ਕਿਵੇਂ ਕਰਨਾ ਆ। ਫਿਰ ਟੇਕ ਤਾਂ ਫਿਰ ਆਪਣੇ ਰਾਸ਼ਟਰਪਤੀ ਜਿਹੜਾ ਨਵਾਂ ਬਣਨਾ ਆ ਉਹਦੇ 'ਤੇ ਰਹਿ ਜਾਣੀ ਆ। ਟਰੰਪ ਸਾਹਿਬ ਨੇ ਤਾਂ ਉਹਨਾਂ ਨੂੰ ਮੁੜ ਕੇ ਨੌਕਰੀ 'ਤੇ ਕਿਹੜਾ ਇੰਨਾ ਰੱਖ ਦੇਣਾ, ਉਹਨਾਂ ਦਾ ਆਪ ਦਾ ਟਿਕਾਣਾ ਨਹੀਂ ਲੱਭਣਾ, ਕਿੱਥੇ ਜਾਣਾ ਉਹਨਾਂ ਨੇ। ਖੈਰ ਉਹਨਾਂ ਦੇ ਜੇ ਆਪਾਂ ਨਿਖੇਧ ਵੀ ਕੀਤਾ ਤਾਂ ਜਾਂਦੇ ਜਾਂਦੇ ਇੱਕ ਚੰਗਾ ਕੰਮ ਵੀ ਕਰ ਗਏ ਉਹ। ਉਹਨਾਂ ਨੇ ਅੱਜ ਮੈਂ ਸੁਣਿਆ ਵੀ ਘੱਟੋ ਘੱਟ 73 ਲੋਕਾਂ ਨੂੰ ਮੁਆਫ਼ੀ ਦੇ ਗਏ ਆ। ਹੁਣ ਟਰੰਪ ਸਾਹਿਬ ਤੁਸੀਂ ਤਾਂ 73 ਲੋਕਾਂ ਨੂੰ ਮੁਆਫ਼ੀ ਦੇ ਗਏ, ਪਰ ਹੋ ਸਕਦਾ ਤੁਹਾਡੇ ਡਰੋਂ ਉਹ ਉਹੋ ਜਿਹੀ ਗਲਤੀ ਕਰ ਬੈਠੇ ਹੋਣ, ਜਾਂ ਤੁਹਾਡੇ ਕਰਕੇ ਉਹ ਗਲਤੀ ਕਰ ਬੈਠੇ ਹੋਣ। ਪਏ ਰਾਸ਼ਟਰਪਤੀ, ਅਸੀਂ ਇਹਦੇ ਮੂਹਰੇ ਕੁਛ ਕਹਿ ਨਹੀਂ ਸਕਦੇ, ਪਰ ਜਿਹੜੀਆਂ ਗਲਤੀਆਂ ਤੁਸੀਂ ਕੀਤੀਆਂ ਉਹਦੀ ਮੁਆਫ਼ੀ ਕੌਣ ਮੰਗੂਗਾ? ਗੱਲ ਤਾਂ ਇੱਥੇ ਖੜੀ ਹੁੰਦੀ ਆ, ਜਿੰਨੀਆਂ ਕੁ ਗਲਤੀਆਂ ਤੁਸੀਂ ਕਰ ਲਈਆਂ ਉਹਦੀ ਮੁਆਫ਼ੀ ਮੰਗਣ ਵਾਲਾ ਤਾਂ ਹੁਣ ਖੈਰ ਤੁਸੀਂ ਆਪ ਹੀ ਮੰਗ ਸਕਦੇ ਸੀਗੇ। ਟਰੰਪ ਨੇ ਖੁਦ ਮੰਗਣੀ ਸੀ ਮੁਆਫ਼ੀ, ਉਹ ਆਪਣੇ ਲਈ ਤਾਂ ਨਹੀਂ ਕੀਤੀ ਉਹਨੇ ਕੁਛ, ਪਰ ਉਹਦੇ ਵਿੱਚ ਦੱਸਿਆ ਇਹ ਜਾਂਦਾ ਆ ਵੀ ਉਹਦੇ 100 ਕੁ ਦੇ ਕਰੀਬ ਝੂਠ ਜਾਂ ਇਹੋ ਜਿਹੇ ਕਾਰਨਾਮੇ ਹੋਣੇ ਆ ਜਿਹਦੇ ਕਰਕੇ ਉਹਨੂੰ ਕਦੀ ਵੀ ਅਮਰੀਕਾ ਦੇ ਵਾਸੀ ਜਿਹੜੇ ਆ ਉਹ ਬਖਸ਼ਣਗੇ ਨਹੀਂ, ਖਾਸ ਕਰਕੇ ਮੀਡੀਆ ਦੇ ਲੋਕ, ਕਿਉਂਕਿ ਮੀਡੀਆ ਵਾਲਿਆਂ ਨੂੰ ਤਾਂ ਉਹ ਬਹੁਤ ਉਭਰ ਉਭਰ ਕੇ ਪੈਂਦਾ ਸੀਗਾ ਵੀ ਉਹ ਕਹਿੰਦਾ ਝੂਠਾ ਮੀਡੀਆ, ਇੱਥੋਂ ਤੱਕ ਝੂਠਾ ਮੀਡੀਆ ਕਹਿਤਾ ਸੀਗਾ। ਅਮੈਰੀਕਾ ਵਰਗਾ ਦੇਸ਼ ਜਿਹੜਾ ਆ ਜਿੱਥੇ ਕਿ ਬਹੁਤ ਵੱਡਾ ਲੋਕਤੰਤਰ ਆ ਔਰ ਉੱਥੇ ਬੋਲਣ ਦੀ ਖੁੱਲ੍ਹੀ ਆਜ਼ਾਦੀ ਆ, ਜਿਹੜਾ ਮਰਜ਼ੀ ਜਿਹਦੀ ਮਰਜ਼ੀ ਆਲੋਚਨਾ ਕਰ ਸਕਦਾ ਆ, ਉੱਥੇ ਜੇ ਮੀਡੀਆ ਨੂੰ ਕਹਿਤਾ ਜਾਵੇ ਵੀ ਇਹ ਝੂਠਾ ਆ ਤਾਂ ਫਿਰ ਉਹ ਸੋਚ ਲਓ ਵੀ ਕਿੱਡੀ ਕੁ ਵੱਡੀ ਗੱਲ ਹੋਊਗੀ ਉਹ। ਸੋ ਉਹਨਾਂ ਦਾ ਹੁਣ ਚਲੇ ਜਾਣਾ ਔਰ ਨਵੇਂ ਨਿਜ਼ਾਮ ਦਾ ਆਉਣਾ ਇਹ ਇਕੱਲੇ ਅਮੈਰੀਕਾ ਲਈ ਨਹੀਂ, ਪੂਰੀ ਦੁਨੀਆ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਊਗੀ। ਔਰ ਉਹਨੇ ਜਾਂਦੇ ਜਾਂਦੇ ਇੱਕ ਜ਼ਰੂਰ ਉਹਨੂੰ ਕਿਹਾ ਜੋ ਬਾਈਡਨ ਨੂੰ ਵੀ ਦੇਖ ਮੇਰਾ ਜਿਹੜਾ ਕਾਰਜਕਾਲ ਆ ਉਹ ਬਿਨਾਂ ਯੁੱਧ ਤੋਂ ਖਤਮ ਹੋਇਆ। ਮਤਲਬ ਇਹ ਆਪਾਂ ਸਮਝਿਆ ਜਾਵੇ ਵੀ ਕੀ ਤੁਸੀਂ ਯੁੱਧ ਚਾਹੁੰਦੇ ਸੀਗੇ, ਵੀ ਪਹਿਲਾ ਕਾਰਜਕਾਲ ਤੁਹਾਡਾ ਯੁੱਧ ਤੋਂ ਬਿਨਾਂ ਹੀ ਲੰਘ ਗਿਆ ਤਾਂ ਅਗਲਾ ਕਾਰਜਕਾਲ ਤੁਸੀਂ ਯੁੱਧ ਕਰਾਉਣਾ ਚਾਹੁੰਦੇ ਸੀ। ਸੋ ਤਬਾਹੀ ਦੇ ਕੰਢੇ 'ਤੇ ਲਿਜਾਣਾ ਦੁਨੀਆ ਨੂੰ ਇੱਕ ਕਿੱਧਲੀ ਸਿਆਣ ਪਿਆ। ਸੋ ਇਹਦੇ ਵਿੱਚ ਨਿਖਿੱਧ ਸ਼ਬਦ ਜਿਹੜਾ ਵਰਤਿਆ ਜਾਣਾ ਉਹ ਸਹੀ ਆ ਟਰੰਪ ਲਈ, ਕਿਉਂਕਿ ਉਹਨੇ ਤਾਂ ਇੱਕ ਰਿਪਬਲਿਕਨ ਪਾਰਟੀ ਨੂੰ ਵੀ ਇੰਨਾ ਕੁ ਸ਼ਰਮਸਾਰ ਕਰਤਾ ਪਏ, ਉਹਦੇ ਜਿਹੜੇ ਸੈਨੇਟਰ ਆ ਉਹਦੀ ਆਪਣੀ ਪਾਰਟੀ ਦੇ ਸੰਸਦ ਮੈਂਬਰ ਆ ਉਹ ਇਹਦੇ ਖਿਲਾਫ਼ ਬੋਲਣ ਲੱਗ ਪਏ ਆ ਵੀ ਇਹਨੇ ਕੰਮ ਬਹੁਤ ਖਰਾਬ ਕੀਤਾ, ਸਾਡਾ ਜਿਹੜਾ ਆਉਣ ਵਾਲਾ ਸਮਾਂ ਆ ਆਉਣ ਵਾਲਾ ਭਵਿੱਖ ਆ ਅਸੀਂ ਕਿਹੜੇ ਮੂੰਹ ਨਾਲ ਲੋਕਾਂ ਕੋਲ ਜਾਵਾਂਗੇ ਅਤੇ ਕੀ ਕਹਾਂਗੇ ਜਾ ਕੇ। ਉਹਨਾਂ ਨੇ ਕਹਿਣਾ ਤੁਹਾਡੇ ਵਰਗੇ ਬੰਦੇ ਨੂੰ ਰਾਸ਼ਟਰਪਤੀ ਚੁਣਨਾ ਨਹੀਂ ਆਇਆ ਜਾਂ ਤੁਸੀਂ ਆਪ ਦਾ ਕੋਈ ਬੰਦਾ ਚੱਜ ਦਾ ਚੁਣ ਕੇ ਦਿੱਤਾ ਨਹੀਂ ਅਮੈਰੀਕਾ ਨੂੰ। ਸੋ ਇਹ ਗੱਲਾਂ ਸਾਰੀਆਂ ਜਦੋਂ ਖਤਮ ਹੋਣੀਆਂ, ਨਵਾਂ ਰਾਸ਼ਟਰਪਤੀ ਚੁਣਿਆ ਜਾਣਾ, ਉਹ ਤੋਂ ਬਾਅਦ ਉੱਥੇ ਜਿਹੜੀ ਇਹੋ ਜਿਹੀ ਹਿੰਸਾ ਦੀ ਕੋਈ ਜਗ੍ਹਾ ਨਹੀਂ ਹੁੰਦੀ ਆ, ਉਹ ਨਿਰਪੱਖ ਜਾਂਚ ਕਰਕੇ ਜਿੱਥੇ ਵੀ ਕੋਈ ਦੋਸ਼ੀ ਪਾਇਆ ਜਾਂਦਾ ਉਹਨੂੰ ਬਖਸ਼ਦੇ ਨਹੀਂ। ਸੋ ਜਿੰਨੀਆਂ ਗੱਲਾਂ ਦੇ ਵਿੱਚ ਉਹ ਦੋਸ਼ੀ ਪਾਏ ਗਏ ਆ ਜਾਂ ਉਹ ਕਿਤੇ ਨਾ ਕਿਤੇ ਉਹਦੀ ਜਿਹੜੀ ਇਨਵੋਲਵਮੈਂਟ ਮਿਲ ਜਾਂਦੀ ਆ ਟਰੰਪ ਦੀ, ਤਾਂ ਉਹਦੇ ਵਿੱਚ ਉਹਨਾਂ ਦਾ ਜਿਹੜਾ ਬਖਸ਼ਿਆ ਜਾਣਾ ਮੁਸ਼ਕਲ ਆ, ਅਮੈਰੀਕਾ ਦੇ ਇਤਿਹਾਸ ਦੇ ਵਿੱਚ ਇਹ ਦੱਸਦਾ ਆ। ਜੀ ਜੀ, ਸ਼ੇਰਗਿੱਲ ਸਾਹਿਬ, ਅਮਰੀਕਾ ਤੋਂ ਬਾਅਦ ਹੁਣ ਭਾਰਤ ਦੀ ਗੱਲ ਕਰਦੇ ਹਾਂ, ਗੱਲ ਕਰਦੇ ਹਾਂ ਅੰਬਾਨੀਆਂ ਅਤੇ ਅਡਾਨੀਆਂ ਦੀ, ਜਿਨ੍ਹਾਂ ਦਾ ਕਿ ਪੂਰੇ ਮੁਲਕ ਦੇ ਵਿੱਚ ਵਿਰੋਧ ਹੋ ਰਿਹਾ ਆ, ਸਰਕਾਰ 'ਤੇ ਇਲਜ਼ਾਮ ਵੀ ਲੱਗ ਰਹੇ ਨੇ ਕਿ ਉਹਨੇ ਇਹਨਾਂ ਕਾਰਪੋਰੇਟ ਘਰਾਣਿਆਂ ਕਰਕੇ ਕਿਸਾਨਾਂ ਦੇ ਮੂੰਹ 'ਚੋਂ ਰੋਟੀ ਖੋਲੀ ਆ ਅਤੇ ਹੁਣ ਐਡੀ ਢੀਠ ਸਰਕਾਰ ਆ ਫਿਰ ਉਹਨਾਂ ਦੇ ਨਾਲ ਸਮਝੌਤੇ ਕਰ ਰਹੀ ਆ। ਖਬਰ ਆਈ ਹੈ ਕਿ ਅਡਾਨੀ ਗਰੁੱਪ ਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਆ ਹਵਾਈ ਅੱਡਿਆਂ ਦੇ ਵਿਕਾਸ ਦੇ ਨਾਲ ਸੰਬੰਧਿਤ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਅਤੇ ਸਾਡੇ ਦਰਸ਼ਕਾਂ ਨੂੰ ਤਫਸੀਲ 'ਚ ਦੱਸੋ ਕਿ ਉਹ ਸਮਝੌਤਾ ਇਹਨਾਂ ਨੇ ਕਿਉਂ ਕੀਤਾ ਆ? ਬਿਲਕੁਲ ਜੀ, ਇਹ ਸਮਝੌਤਾ ਇਹਨਾਂ ਦਾ ਪ੍ਰੀ ਪਲੈਨਡ ਹੀ ਆ। ਜਿਵੇਂ ਫਰਵਰੀ ਦੇ ਵਿੱਚ ਇਹਨਾਂ ਨੇ ਜਿੰਨੇ ਹਵਾਈ ਅੱਡੇ ਸੀਗੇ ਉਹਨਾਂ ਨੂੰ ਦੇ ਨਵੀਨੀਕਰਨ ਨੂੰ ਲੈ ਕੇ, ਉਹਨਾਂ ਦੇ ਵਿਕਾਸ ਪ੍ਰਬੰਧ ਨੂੰ ਲੈ ਕੇ ਇਹਨਾਂ ਨੇ ਪ੍ਰਾਈਵੇਟਾਈਜੇਸ਼ਨ ਕਰ ਦਿੱਤਾ ਸੀਗਾ। ਮੈਂ ਥੋੜ੍ਹੀ ਜਿਹੀ ਇਹਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਗੱਲ ਕਰਨੀ ਚਾਹੁੰਦਾ। ਕਿਸਾਨਾਂ ਦੇ ਨਾਲ ਜਿਹੜਾ ਖੇਤੀ ਕਾਨੂੰਨ ਬਿੱਲ ਬਣਾਇਆ ਨਾ, ਉਹ ਵੀ ਇੱਕ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਹੀ ਜਾਂਦਾ ਆ, ਤਾਂ ਹੀ ਇਹਦਾ ਇੰਨਾ ਰੌਲਾ ਆ ਪਿਆ। ਕਾਰਪੋਰੇਟ ਘਰਾਣਿਆਂ ਦਾ ਜਿਹੜਾ ਦਬਦਬਾ ਉਹ ਪੂਰਾ ਮਨੋਪਲੀ ਜਿਹੜੀ ਬਣ ਜਾਣੀ ਆ। ਹੁਣ ਉਹਦੇ ਨਾਲ ਇੱਕ ਗੱਲ ਮੈਂ ਬੜੀ ਕਲੀਅਰ ਕੀਤੀ ਸੀ ਇੱਕ ਕਿਸਾਨ ਆਗੂ ਨੇ, ਉਹ ਕਹਿੰਦੇ ਵੀ ਜਦੋਂ ਇਹ ਨਿੱਜੀਕਰਨ ਦਾ ਸਿਸਟਮ ਦੇਸ਼ ਵਿੱਚ ਸ਼ੁਰੂ ਹੋਇਆ ਨਾ, ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਨਿੱਜੀਕਰਨ ਵਾਲਿਆਂ ਦੀ ਤੁਲਨਾ ਸਰਕਾਰੀ ਪਬਲਿਕ ਪ੍ਰੋਪਰਟੀ ਪਬਲਿਕ ਜਿਹੜਾ ਸਰਵਿਸ ਆ ਉਹਦੇ ਨਾਲ ਕਰਕੇ ਦੇਖ ਲਓ ਵੀ ਕਿੱਥੇ ਖੜ੍ਹਦੇ ਆ। ਉਹਨੇ ਬੜੀ ਤਫਤੀਸ਼ ਨਾਲ ਕਿਹਾ ਸੀ, ਕਹਿੰਦਾ ਵੀ ਜਦੋਂ ਤਾਂ ਪ੍ਰਾਈਵੇਟ ਸਕੂਲਾਂ ਦੀ ਗੱਲ ਆਈ ਵੀ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਜਾਣ, ਅਤੇ ਉਹ ਦੇਖ ਲਓ ਵੀ ਪ੍ਰਾਈਵੇਟ ਸਕੂਲ ਇੰਨੇ ਚੜ ਗਏ ਆ, ਸਰਕਾਰੀ ਸਕੂਲਾਂ ਦਾ ਹਸ਼ਰ ਦੇਖ ਲਓ ਕੀ ਹੋਇਆ। ਫਿਰ ਪ੍ਰਾਈਵੇਟ ਹਸਪਤਾਲਾਂ ਨੂੰ ਮਨਜ਼ੂਰੀ ਦਿੱਤੀ ਗਈ,
ਨਿੱਜੀ ਹਸਪਤਾਲ ਜਿੰਨੇ ਮਰਜ਼ੀ ਖੋਲ੍ਹੇ ਜਾਣ, ਤੁਸੀਂ ਉਹ ਹਿਸਾਬ ਲਾ ਲਓ ਵੀ ਹੁਣ ਨਿੱਜੀ ਹਸਪਤਾਲਾਂ ਦਾ ਕੀ ਹਾਲ ਆ ਅਤੇ ਸਰਕਾਰੀ ਹਸਪਤਾਲਾਂ ਦਾ ਕੀ ਹਾਲ ਆ, ਉਹ ਕਿਤੇ ਖੜ੍ਹਦੇ ਨਹੀਂ ਪ੍ਰਾਈਵੇਟਾਂ ਦੇ ਮੂਹਰੇ। ਇਹੀ ਕੰਮ ਆ, ਜਦੋਂ ਮੰਡੀਕਰਨ ਸਿਸਟਮ ਸਰਕਾਰੀ ਆ ਉਹ ਟੁੱਟ ਜਾਊਗਾ ਅਤੇ ਇਹੋ ਜਿਹੇ ਕਾਰਪੋਰੇਟ ਘਰਾਣੇ ਜਦੋਂ ਉਹਦੇ 'ਤੇ ਕਬਜ਼ਾ ਕਰਕੇ ਉਹਦੇ 'ਤੇ ਦਬਦਬਾ ਕਰਕੇ ਬਹਿ ਜਾਣਗੇ, ਆਪਦਾ ਹੀ ਸਿਸਟਮ ਚਲਾਉਣ ਲੱਗ ਜਾਣਗੇ, ਤਾਂ ਫਿਰ ਇਹ ਲੱਖ ਕਹੀ ਜਾਣ ਵੀ ਮੰਡੀ ਸਿਸਟਮ ਨਹੀਂ ਟੁੱਟੇਗਾ, ਨਹੀਂ ਟੁੱਟੇਗਾ, ਨਹੀਂ ਟੁੱਟੇਗਾ। ਇੱਦਾਂ ਹੀ ਪਹਿਲਾਂ ਕਹਿੰਦੇ ਰਹੇ ਨਿੱਜੀਕਰਨ ਹੋ ਰਿਹਾ ਆ ਪਰ ਸਰਕਾਰੀ ਗੱਲ ਕਿਤੇ ਨਹੀਂ ਜਾਊਗੀ। ਉਹੀ ਹਾਲ ਜੋ ਸਰਕਾਰੀ ਹਸਪਤਾਲਾਂ ਦਾ ਹੋਇਆ, ਉਹੀ ਹਾਲ ਜੋ ਸਰਕਾਰੀ ਸਕੂਲਾਂ ਦਾ ਹੋਇਆ, ਉਹੀ ਹਾਲ ਜਿਹੜਾ ਹੁਣ ਇਹ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਮੰਡੀਕਰਨ ਦਾ ਔਰ ਜਿਹੜੇ ਕਿਸਾਨਾਂ ਦੀ ਜਿਣਸ ਖਰੀਦਣ ਦਾ ਹੋਣਾ ਸੀ ਉਸੇ ਖਦਸ਼ਿਆਂ ਨੂੰ ਲੈ ਕੇ ਕਿਸਾਨਾਂ ਦਾ ਜਿਹੜਾ ਰੋਹ ਵੱਧਦਾ ਜਾ ਰਿਹਾ। ਗੱਲ ਉੱਥੇ ਕਾਰਪੋਰੇਟ ਘਰਾਣੇ ਦੀ ਤੁਸੀਂ ਕਹਿ ਰਹੇ ਸਮਝੌਤਿਆਂ ਦੀ, ਹੁਣ ਜਦੋਂ ਇਹੋ ਜਿਹੇ ਕੰਮਾਂ ਦੇ ਵਿੱਚ ਇੱਕ ਖੇਤੀਬਾੜੀ ਰਹਿੰਦਾ ਸੀਗਾ ਜਿਹਦੇ ਵਿੱਚ ਇਹਨਾਂ ਦਾ ਦਖਲ ਨਹੀਂ ਸੀ, ਉਹਦੇ ਵਿੱਚ ਵੀ ਉਹਨੂੰ ਕਮਰਸ ਦੇ ਨਾਲ ਵਣਜ ਦੇ ਨਾਲ ਜੋੜ ਕੇ, ਵਪਾਰ ਨਾਲ ਜੋੜ ਕੇ, ਖੇਤੀਬਾੜੀ ਨੂੰ ਉਹਦੇ ਨਾਲ ਜੋੜ ਕੇ ਵਿੱਚ ਇਹਨਾਂ ਨੂੰ ਵਾੜਨਾ ਚਾਹੁੰਦੀ ਸਰਕਾਰ, ਤਾਂ ਫਿਰ ਆਪਣੇ ਆਪ 'ਚ ਇਹ ਲੱਗਦਾ ਆ ਵੀ ਇਹਨਾਂ ਦਾ ਹੀ ਕਬਜ਼ਾ ਰਹਿਣਾ ਆ। ਸੋ ਜਿਹੜੇ ਸਮਝੌਤੇ ਹੋਣੇ ਆ ਉਹ ਹਵਾਈ ਅੱਡਿਆਂ ਦੇ ਆ, ਉੱਥੇ ਜਦੋਂ ਇੱਕ ਕਿਸਮ ਦਾ ਆਪਾਂ ਕਹਿ ਦਈਏ ਵੀ ਹਵਾਈ ਅੱਡੇ ਵੇਚ ਦਿੱਤੇ। ਹੁਣ ਇਹਦੇ ਵਿੱਚ ਆਪਣਾ ਅੰਮ੍ਰਿਤਸਰ ਦਾ ਹਵਾਈ ਅੱਡਾ ਵੀ ਇਸੇ ਲਾਈਨ ਦੇ ਵਿੱਚ ਹੀ ਆਉਂਦਾ ਆ, ਉਹ ਕਿਤੇ ਨਾ ਕਿਤੇ ਆਉਂਦੇ ਸਮੇਂ ਦੇ ਵਿੱਚ ਉਹਦੇ ਬਾਰੇ ਵੀ, ਉਹਦੀ ਰੱਖ ਰਖਾਅ ਬਾਰੇ ਵੀ ਅਤੇ ਉਹਦੇ ਮੇਨਟੇਨੈਂਸ ਜਾਂ ਉਹਦੀ ਜਿਹੜੀ ਵਿਕਾਸ ਬਾਰੇ ਵੀ ਜਦੋਂ ਸਮਝੌਤਾ ਹੋਣਾ ਉਦੋਂ ਪਤਾ ਲੱਗ ਜਾਣਾ ਵੀ ਕਿਹਨੂੰ ਦਿੱਤਾ ਜਾਂਦਾ। ਖੈਰ ਇਸ ਵੇਲੇ ਜਿਹੜਾ ਅਡਾਨੀ ਗਰੁੱਪ ਨੇ 5 ਹਵਾਈ ਅੱਡੇ ਆ ਜਿਹਨਾਂ ਦੇ ਪਹਿਲਾਂ ਲਖਨਊ ਦੇ ਚੁੱਕੇ ਆ, ਫਿਰ ਜੈਪੁਰ ਆ ਗਿਆ, ਗੁਹਾਟੀ ਆ ਗਿਆ, ਤਿਰੂਵਨੰਤਪੁਰਮ ਆ ਗਿਆ ਕੇਰਲ ਦਾ। ਇਹ ਹਵਾਈ ਅੱਡਿਆਂ ਦਾ ਜਿਹੜਾ ਰੱਖ ਰਖਾਅ ਦਾ ਕੰਮ ਆ, ਫਿਰ ਉਹਦਾ ਵਿਕਾਸ ਦਾ ਕੰਮ ਆ, ਉਹਦੇ ਲਈ ਘੱਟੋ ਘੱਟ ਨਹੀਂ ਤਾਂ 50 ਸਾਲ ਦਾ ਜਿਹੜਾ ਉਹ ਲੀਜ਼ ਠੇਕਾ ਕਹਿ ਲਈਏ ਜਾਂ ਜੋ ਵੀ ਪ੍ਰਬੰਧ ਆ ਉਹ ਅਡਾਨੀਆਂ ਦੇ ਹਵਾਲੇ ਹੋ ਗਿਆ ਆ ਸਮਝੌਤੇ ਤਹਿਤ ਸਰਕਾਰ ਦੇ ਨਾਲ। ਪਰ ਸਰ ਕਾਰਪੋਰੇਟ ਘਰਾਣਿਆਂ ਦੀ ਜੇ ਗੱਲ ਕਰੀਏ ਤੇ ਉਹ ਆਪਣਾ ਸਪਸ਼ਟੀਕਰਨ ਵੀ ਕਿਤੇ ਨਾ ਕਿਤੇ ਕਿਸਾਨਾਂ ਨੂੰ ਦੇ ਰਹੇ ਨੇ, ਆਪਣੀਆਂ ਸਫਾਈਆਂ ਦੇ ਰਹੇ ਨੇ। ਬਿਲਕੁਲ ਜੀ ਬਿਲਕੁਲ, ਇਹ ਗੱਲ ਜਦੋਂ ਉਹ ਕਾਨੂੰਨ ਦੇ ਬਿੱਲਾਂ ਦੇ ਜਿਹੜੇ ਆ ਖੇਤੀ ਕਾਨੂੰਨਾਂ ਦੇ ਕਰਕੇ ਆਪਣਾ ਸਪਸ਼ਟੀਕਰਨ ਦੋਨੇ ਘਰਾਣੇ ਦੇ ਰਹੇ ਆ, ਇੱਕ ਕਹਿ ਰਿਹਾ ਵੀ ਮੇਰਾ ਕੋਈ ਇਹਦੇ ਨਾਲ ਖੇਤੀ ਨਾਲ ਸੰਬੰਧ ਨਹੀਂ, ਮੈਂ ਕੰਟਰੈਕਟ ਫਾਰਮਿੰਗ ਕਰਨੀ ਹੀ ਨਹੀਂ, ਜਦਕਿ ਉਹ ਪਹਿਲਾਂ ਹੀ ਬਹੁਤ ਦੇਰ ਤੋਂ ਇਹਦੇ ਵਿੱਚ ਇਨਵੋਲਵ ਆ। ਦੂਸਰਾ ਕਹਿ ਰਿਹਾ ਵੀ ਮੈਂ ਤਾਂ ਸਿਰਫ FCI ਲਈ ਗੋਦਾਮ ਬਣਾ ਕੇ ਦੇਣੇ ਆ, ਮੇਰਾ ਸਿੱਧੀ ਖੇਤੀ ਦੀ ਜਿਣਸ ਚੁੱਕਣ ਦਾ ਕੋਈ ਮਤਲਬ ਨਹੀਂ, ਮੇਰਾ ਕੋਈ ਇੰਟਰਸਟ ਹੀ ਨਹੀਂ ਖੇਤੀ ਦੇ ਨਾਲ, ਉਹ ਸਫਾਈਆਂ ਕਿਉਂ ਦੇਣੀਆਂ ਪੈ ਰਹੀਆਂ ਤੁਹਾਨੂੰ, ਕਿਸੇ ਨੇ ਪੁੱਛਿਆ ਥੋੜ੍ਹੀ। ਗੱਲ ਤਾਂ ਸਰਕਾਰ ਨਾਲ ਲੜਾਈ ਆ, ਸਰਕਾਰ ਨਾਲ ਗੱਲ ਪੁੱਛਣ ਜਾ ਰਹੀ ਹੈ ਵੀ ਤੁਸੀਂ ਇਹਨਾਂ ਨੂੰ ਕਿਉਂ ਦੇ ਰਹੇ ਆ, ਤੁਹਾਡੇ ਨਾਲ ਤਾਂ ਕਿਸੇ ਨੇ ਗੱਲ ਕੀਤੀ ਹੀ ਨਹੀਂ ਅੱਜ ਤੱਕ, ਚੋਰ ਨੂੰ ਪਾਲਾ ਵੀ ਸੁੱਝਦਾ ਹੁੰਦਾ, ਇਸ ਤੋਂ ਸਰਿਆਂ ਵੀ ਇਹ ਲੱਗਦਾ ਤੁਹਾਡੇ ਨਾਲ ਕਿਸੇ ਨੇ ਸਿੱਧੀ ਤਾਂ ਨਹੀਂ ਪੁੱਛਿਆ ਨਾ ਵੀ ਹਾਂ ਵੀ ਤੂੰ ਸਾਡੇ ਖੇਤੀ 'ਚ ਕੀ ਕਰਦਾ ਆ, ਕਿਸੇ ਨੇ ਨਹੀਂ ਪੁੱਛਿਆ। ਸਰਕਾਰ ਦੇ ਨਾਲ ਗੱਲ ਆ, ਸਰਕਾਰ ਨੂੰ ਦੇਖਣਾ ਚਾਹੀਦਾ ਸੀਗਾ ਵੀ ਜਿਹੜੇ ਅਸੀਂ ਸਟੇਕ ਹੋਲਡਰ ਆ ਇਹਦੇ ਵਿੱਚ ਉਹਨਾਂ ਨਾਲ ਗੱਲ ਕਰਕੇ ਦੇਖੀਏ ਉਹ ਇਹਨਾਂ ਨੂੰ ਪ੍ਰਵਾਨ ਵੀ ਕਰਨਗੇ ਕਿ ਨਹੀਂ ਕਰਨਗੇ। ਹੁਣ ਮੈਂ ਤਾਂ ਇੱਕ ਦਿਨ ਸੋਸ਼ਲ ਮੀਡੀਆ 'ਤੇ ਇੱਕ ਰੇਲ ਗੱਡੀ ਮਾਲ ਗੱਡੀ ਵੀ ਦੇਖੀ ਆ, ਜਿਹੜੇ ਡੱਬੇ ਜਿਹੜੇ ਆ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੇ ਹੋ, ਮਾਲ ਗੱਡੀ ਦੇ ਆਮ ਗੱਡੇ ਜਿਹੜੇ ਪੁਰਾਣੇ ਦੇਖੇ ਜਾਂਦੇ ਦੇਖਦੇ ਰਹੇ ਆਪਾਂ ਉਹ ਚੌਰਸੀ ਸੀਗੇ, ਇਹ ਡੱਬੇ ਜਿਹੜੇ ਆ ਇੱਕ ਸ਼ਿਪ ਟਾਈਪ ਆ, ਜਹਾਜ਼ ਸਮੁੰਦਰੀ ਜਹਾਜ਼ ਹੁੰਦਾ ਨਾ ਇੱਦਾਂ ਦੇ ਡੱਬੇ ਆ, ਰੇ ਮਾਲ ਗੱਡੀ ਨੂੰ ਲੱਗੇ ਬਹੁਤ ਵੱਡੇ ਵੱਡੇ ਡੱਬੇ ਔਰ ਉਹਨਾਂ ਦੇ ਉੱਤੇ ਲਿਖਿਆ ਅਡਾਨੀ ਰੇਲ। ਹੁਣ ਉਹ ਕਿੱਥੋਂ ਤੱਕ ਸੱਚ ਆ ਕਿੱਥੋਂ ਤੱਕ ਨਹੀਂ ਸੱਚ ਆ, ਸੋਸ਼ਲ ਮੀਡੀਆ ਵਾਲੀ ਗੱਲ ਆਪਾਂ ਬਹੁਤਾ ਯਕੀਨ ਨਹੀਂ ਕਰ ਸਕਦੇ, ਪਰ ਜੇ ਇਹੋ ਜਿਹੀ ਹਾਲਤ ਆ, ਇਹੋ ਜਿਹਾ ਕੰਮ ਜੇ ਦੇਖਣ ਨੂੰ ਮਿਲਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੱਗਦਾ ਵੀ ਨਿੱਜੀਕਰਨ ਜਿਹੜਾ ਹੋਰ ਵੀ ਵਧੇਗਾ। ਜੀ, ਗੱਲਾਂ ਬਾਤਾਂ ਦਾ ਦੌਰ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸ਼ੇਰਗਿੱਲ ਸਾਹਿਬ, ਜੇ ਸੰਸਦ ਦੀ ਗੱਲ ਕਰੀਏ ਤੇ ਉਹਦੇ ਵਿੱਚ ਭੋਜਨ ਤੇ ਜਿਹੜੀ ਸਬਸਿਡੀ ਮਿਲਦੀ ਸੀ ਉਹ ਵੀ ਹੁਣ ਸਰਕਾਰ ਨੇ ਬੰਦ ਕਰਤੀ ਆ, ਕਿਸ ਤਰ੍ਹਾਂ ਦੇਖਦੇ ਹੋ ਇਹਨੂੰ? ਹਾਏ, ਬੰਦ ਕਰਤੀ ਜੀ, ਓਹੋ, ਸੰਸਦ ਮੈਂਬਰ ਕਿੱਧਰ ਜਾਣਗੇ ਵਿਚਾਰੇ, ਮੁਫਤ ਦੀਆਂ ਤੋੜਦੇ ਸੀ, ਬੜਾ ਕੰਮ ਖਰਾਬ ਹੋ ਗਿਆ। ਦੇਖੋ, ਇਹਨਾਂ ਸੰਸਦ ਮੈਂਬਰਾਂ ਨੂੰ, ਚਾਹੇ ਵਿਧਾਇਕ ਆ ਚਾਹੇ ਸੰਸਦ ਮੈਂਬਰਾਂ ਆ, ਲੱਖਾਂ ਦਾ ਇਹਨਾਂ ਨੂੰ ਭੱਤੇ ਮਿਲਦੇ ਆ ਜੀ, ਲੱਖਾਂ ਦੇ ਵਿੱਚ ਇਹਨਾਂ ਦੀ ਤਨਖਾਹ ਹੁੰਦੀਆਂ ਆ ਜੀ। ਬਟ ਜਦੋਂ ਪ੍ਰਧਾਨ ਮੰਤਰੀ ਮੋਦੀ ਹੋਣੀ 2014 'ਚ ਸਰਕਾਰ ਬਣੀ ਸੀ ਨਾ, ਉਦੋਂ ਇਹ ਗੱਲ ਬਹੁਤ ਨਸ਼ਰ ਹੋਈ ਸੀਗੀ ਵੀ ਦੇਖੋ ਜੀ, 5 ਰੁਪਈਏ 10 ਰੁਪਏ 'ਚ ਥਾਲੀ ਉੱਥੇ ਢਿੱਡ ਭਰ ਕੇ ਮਿਲਦੀ ਆ, ਤਾਂ ਇੱਥੇ ਜਿਹੜਾ ਗਰੀਬ ਬੰਦਾ ਆ ਉਹ 5 ਰੁਪਏ 'ਚ ਕਿੱਥੇ ਗੁਜ਼ਾਰਾ ਕਰ ਸਕਦਾ, ਅਤੇ ਪਰ ਇਹ ਸੰਸਦ ਮੈਂਬਰਾਂ 'ਤੇ ਇੰਨੀ ਮਿਹਰਬਾਨ ਕਿਉਂ ਆ? ਉਦੋਂ ਵੀ ਜਦੋਂ ਗੱਲ ਰੌਲਾ ਪੈਂਦਾ ਸੀ ਵੀ ਅੱਛੇ ਦਿਨ ਆਏਗੇ, ਉਹ ਕਹਿੰਦੇ ਸੀਗੇ ਵੀ ਅੱਛੇ ਦਿਨ ਤਾਂ ਤੁਸੀਂ ਸੰਸਦ ਮੈਂਬਰਾਂ ਨੇ ਲਿਆਤੇ ਆ। ਖੈਰ, ਉਹ ਗੱਲ ਚੱਲਦੀ 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 6 ਸਾਲ ਹੋ ਗਏ, 6 ਸਾਲਾਂ ਬਾਅਦ ਸਰਕਾਰ ਨੇ ਜੇ ਇਹ ਸਬਸਿਡੀ ਬੰਦ ਕੀਤੀ, ਮੈਂ ਤਾਂ ਕਹਿੰਦਾ ਬਹੁਤ ਵਧੀਆ ਕੰਮ ਕੀਤਾ ਜੀ ਜੀ, ਕਿਉਂਕਿ ਸੰਸਦ ਮੈਂਬਰਾਂ ਨੂੰ ਉੱਥੇ ਕੰਟੀਨ ਦੇ ਵਿੱਚ ਸਬਸਿਡੀ ਦੇਣ ਦਾ ਮਤਲਬ ਹੀ ਕੋਈ ਨਹੀਂ, ਉੱਥੇ ਆਮ ਬੰਦਾ ਤਾਂ ਜਾ ਹੀ ਨਹੀਂ ਸਕਦਾ, ਨਾ ਹੀ ਉੱਥੇ ਆਮ ਬੰਦਾ ਰੋਟੀ ਖਾ ਸਕਦਾ, ਜਦ ਜਾਣਾ ਹੀ ਨਹੀਂ ਨਸੀਬ ਹੋਊਗਾ ਤਾਂ ਖਾਊਗਾ ਕਿੱਥੋਂ? ਅਤੇ ਤੁਹਾਡੇ ਜਿਹੜੇ 545 ਲੋਕ ਸਭਾ ਦੇ
ਤੇ 250 ਦੇ ਕਰੀਬ ਰਾਜ ਸਭਾ ਦੇ ਇੰਨੇ ਮੈਂਬਰ ਹੀ ਜਾਣਗੇ, ਉਹ ਇੰਨੀ ਵੀ ਆਪਣੀ ਰੋਟੀ ਨਹੀਂ ਖਾ ਸਕਦੇ। ਦੇਖੋ ਜਦੋਂ ਉਹ ਰੇਲ ਗੱਡੀ 'ਚ ਆਉਂਦੇ ਆ ਤਾਂ ਵੀ ਉਹਨਾਂ ਲਈ ਫਰੀ, ਜੇ ਕਿਤੇ ਹਵਾਈ ਸਫ਼ਰ ਕਰਦੇ ਆ ਤਾਂ ਵੀ ਉਹਨਾਂ ਨੂੰ ਇਹ ਮਿਲ ਜਾਂਦਾ, ਸਾਰੇ ਪੱਤੇ ਮਿਲ ਜਾਂਦੇ ਆ, LTA ਵਗੈਰਾ ਸਾਰਾ ਕੁਛ ਮਿਲਦਾ। ਸਾਰਾ ਕੁਛ ਮਿਲਣ ਦੇ ਬਾਵਜੂਦ ਜੇ ਆਪਾਂ ਉਹਨੂੰ ਕਹੀਏ ਵੀ 5 ਰੁਪਏ ਥਾਲੀ 'ਚ ਇਹਨਾਂ ਨੂੰ ਖਵਾ ਦਿਓ, ਤਾਂ ਸਰਕਾਰ ਦੀ ਨਲਾਕੀ ਸੀ ਜਿਹੜੇ ਇੰਨਾ ਚਿਰ ਉਹਨਾਂ ਨੂੰ ਖਵਾਉਂਦੀ ਰਹੀ ਆ। ਖੈਰ ਇਹ ਵੀ ਪਤਾ ਲੱਗਾ ਵੀ ਇਹਦੇ ਨਾਲ 8 ਕਰੋੜ ਜਿਹੜਾ ਸਾਲਾਨਾ ਰੁਪਏ ਬਚੂਗੇ, ਕੁਛ ਤਾਂ ਕੁਛ ਬਚਾਏ ਆ। ਖੈਰ ਜਿਹੜਾ ਸਪੀਕਰ ਹੈ ਲੋਕ ਸਭਾ ਦੇ ਉਹ ਬੜੇ ਸਖ਼ਤ ਲਹਿਜੇ ਵਾਲੇ ਆ, ਜਿਹਨਾਂ ਨੇ ਮੈਨੂੰ ਲੱਗਦਾ ਜ਼ੋਰ ਪਾ ਪੂ ਕੇ, ਸੰਸਦ ਦੇ ਮੈਂਬਰ ਤਾਂ ਖੈਰ ਨਹੀਂ ਮੰਨਦੇ ਹੋਣੇ ਆ ਵੀ ਸਾਡੀ ਰੋਜ਼ੀ ਰੋਟੀ ਨਾ ਖੋਵੋ ਤੁਸੀਂ, ਘੱਟੋ ਘੱਟ ਸੰਸਦ 'ਚ ਆਉਣ ਲੱਗਿਆ ਤਾਂ ਖਾਣ ਜੋਗੇ ਰਹਿ ਜਾਈਏ, ਬਾਹਰ ਤਾਂ ਅਸੀਂ ਵੈਸੇ ਹੀ ਲੋਕਾਂ ਦੇ ਖਾਂਦੇ ਰਹਿੰਦੇ ਬਗਾਰ ਪਾ ਕੇ। ਸੋ ਜੇ ਆਪਣੀ ਖਾਣੀ ਇੱਥੇ ਤਾਂ ਇੰਨੇ ਖਾਣ ਜੋਗੇ ਤਾਂ ਛੱਡਣਾ ਚਾਹੀਦਾ ਸੀਗਾ, ਪਰ ਜੇ ਉਹਨਾਂ ਨੇ ਸਪੀਕਰ ਨੇ ਕੀਤਾ ਤਾਂ ਬਹੁਤ ਹੀ ਸ਼ਲਾਘਾ ਵਾਲਾ ਫੈਸਲਾ ਆ, ਬਹੁਤ ਪਹਿਲਾਂ ਕਰ ਜਾਣਾ ਚਾਹੀਦਾ ਸੀਗਾ। ਤੁਸੀਂ ਦੇਖ ਲਓ ਵੀ 6 ਸਾਲਾਂ ਦੇ ਹਿਸਾਬ ਲਾਈਏ ਤਾਂ 8-8 ਕਰੋੜ ਦਾ ਕਿੰਨੇ ਬਣ ਜਾਂਦੇ ਆ, ਅਤੇ ਜਦੋਂ ਆਪਾਂ ਭਾਰਤ ਆਜ਼ਾਦ ਹੋਇਆ ਜਾਂ ਜਦੋਂ ਇਹ ਕੰਟੀਨ ਬਣੀ ਆ ਲੱਗ ਲਓ, ਉਦੋਂ ਤੋਂ ਜੇ ਇੰਨੀ ਸਬਸਿਡੀ ਦਿੱਤੀ ਜਾਂਦੀ ਤਾਂ ਕਿੰਨੇ ਪੈਸੇ ਖਰਾਬ ਹੋ ਗਏ ਅਤੇ ਕਿੰਨੇ ਸੰਸਦ ਮੈਂਬਰਾਂ ਦੇ ਖਾਲੇ ਕਹਿ ਲਈਏ, ਉਹਦਾ ਕੋਈ ਹਿਸਾਬ ਨਹੀਂ ਹੈਗਾ। ਸੋ ਇਹ ਚਾਹੀਦਾ ਵੀ ਨਹੀਂ ਸੀ ਪਹਿਲਾਂ ਹੀ, ਹੁਣ ਬੰਦ ਕਰਤਾ, ਬਹੁਤ ਸ਼ਲਾਘਾ ਵਾਲਾ ਫੈਸਲਾ ਆ, ਪਰ ਜਿਹੜਾ ਆ ਸੰਸਦ ਮੈਂਬਰਾਂ ਨੂੰ ਬਹੁਤ ਚੁਭੂਗਾ। ਹਜੇ ਕੋਈ ਰਿਐਕਸ਼ਨ ਤਾਂ ਨਹੀਂ ਆਇਆ ਇਹਦੇ ਬਾਰੇ, ਆ ਜਾਊਗਾ 1-2 ਦਿਨਾਂ 'ਚ ਵੀ ਇਹ ਚਾਹੀਦਾ ਸੀ ਜਾਂ ਨਹੀਂ ਚਾਹੀਦਾ ਸੀ। ਖੈਰ ਪਰ ਉਹਨਾਂ ਦੇ ਵਿੱਚ ਇਹ ਰਿਐਕਸ਼ਨ ਆਉਣਾ ਬਣਦਾ ਵੀ ਨਹੀਂ, ਕਿਉਂਕਿ ਅੱਗੇ ਨਹੀਂ ਉਹਨਾਂ ਨੇ ਕਦੇ ਕਹਿਤਾ ਵੀ ਨਹੀਂ ਜੀ ਇਹ ਸਸਤੀ ਦੇ ਰਹੇ ਹਾਂ, ਇਹ 'ਤੇ ਸਬਸਿਡੀ ਬੰਦ ਕਰੋ। ਕਿਸੇ ਸੰਸਦ ਮੈਂਬਰ ਨੇ ਆਵਾਜ਼ ਹੀ ਨਹੀਂ ਸੀ ਉਠਾਈ ਵੀ ਸਾਨੂੰ ਕਿਉਂ ਇੰਨੀ ਸਬਸਿਡੀ ਦੇ ਰਹੇ ਹਾਂ ਜੀ ਤੁਸੀਂ। ਖੈਰ ਹੁਣ ਜਦੋਂ ਇਹ ਖਾਣੇ ਦੇ ਨਾਲ ਜੋੜਦੇ ਆ ਤਾਂ ਲੱਗਦਾ ਵੀ ਕਿਸਾਨ ਅੰਦੋਲਨ ਵਿਚਾਰੇ ਕਰ ਰਹੇ ਆ, ਉਹ ਵੀ ਤਾਂ ਖਾਣ ਵਾਲੇ ਆ, ਕੰਟੀਨ 'ਚ ਜਿਹੜਾ ਸਮਾਨ ਜਾਂਦਾ ਉਹ ਕਿਸਾਨਾਂ ਦੀ ਖੇਤੀ 'ਚੋਂ ਜਾਂਦਾ ਆ। ਸੋ ਲੱਗਦਾ ਵੀ ਕਿਤੇ ਨਾ ਕਿਤੇ ਓਮ ਬਿਰਲਾ ਹੋਣਾ ਨੇ ਕਿਸਾਨਾਂ ਦੀ ਗੱਲ ਸੁਣ ਕੇ ਚਾਹੇ ਕੀਤਾ ਹੋਵੇ, ਜਾਂ ਜਿਹੜੀ ਖੇਤੀ ਪੈਦਾਵਾਰ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਬਹੁਤ ਮਿਹਨਤ ਕਰਨੀ ਪੈਂਦੀ ਆ, ਉਹਦੇ ਕਰਕੇ ਵੀ ਕੀਤਾ, ਜੋ ਵੀ ਕੀਤਾ ਚੰਗਾ ਕੀਤਾ, ਇਹਦੇ ਆਉਣ ਵਾਲੇ ਸਮੇਂ ਦੇ ਨਤੀਜੇ ਔਰ ਪੈਸੇ ਵੀ ਸਰਕਾਰ ਨੂੰ ਬਚੂਗੇ ਜੀ। ਸ਼ੇਰਗਿੱਲ ਸਾਹਿਬ, ਜਿੱਥੇ ਅਸੀਂ ਇੰਨੇ ਮੁੱਦਿਆਂ ਦੀ ਗੱਲਬਾਤ ਕਰ ਰਹੇ ਹਾਂ, ਉੱਥੇ ਅਸੀਂ ਕੋਰੋਨਾ ਮਹਾਂਮਾਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰ ਸਕਦੇ, ਕਿਉਂਕਿ ਇਹਨੇ ਵੀ ਅਰਥ ਵਿਵਸਥਾ ਨੂੰ ਬਹੁਤ ਝੰਬਿਆ ਹੋਇਆ ਪਿਛਲੇ ਸਾਲ ਤੋਂ। ਬਿਲਕੁਲ ਜੀ। ਤੇ ਹੁਣ ਟੀਕਾਕਰਨ ਮੁਹਿੰਮ ਚੱਲ ਰਹੀ ਆ, WHO ਵੀ ਕਿਤੇ ਨਾ ਕਿਤੇ ਹਾਮੀ ਭਰ ਰਿਹਾ ਕਿ ਭਾਰਤ ਦਾ ਜਿਹੜਾ ਟੀਕਾ ਆ ਉਹਨੂੰ ਮਾਨਤਾ ਦਿੱਤੀ ਜਾਵੇ, ਪਰ ਪੰਜਾਬ ਦੇ ਵਿੱਚ ਟੀਕਾ ਲਵਾਉਣ ਦੀ ਬੜੀ ਝਿਜਕ ਆ ਲੋਕਾਂ ਨੂੰ। 27.9% ਲੋਕ ਨੇ ਜਿਨ੍ਹਾਂ ਦਾ ਸਿਰਫ ਹਾਲੇ ਤੱਕ ਟੀਕਾਕਰਨ ਹੋਇਆ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਮੈਂ ਇਹਦਾ ਪੋਜ਼ਿਟਿਵ ਪੱਖ ਜ਼ਰੂਰ ਲਊਂਗਾ ਵੀ ਭਾਰਤ ਇਹੋ ਜਿਹੀ ਮਹਾਂਸ਼ਕਤੀ ਆ ਜਿਹਨੇ ਇੱਕ ਰਿਕਾਰਡ ਟਾਈਮ ਦੇ ਵਿੱਚ ਦੇਸ਼ ਵਿੱਚ ਹੀ ਬਣਿਆ 2 ਟੀਕੇ ਜਿਹੜੇ ਉਹ ਮੁਕੰਮਲ ਤਿਆਰ ਕਰਕੇ ਦੁਨੀਆ ਨੂੰ ਦਿਖਾ ਦਿੱਤਾ ਵੀ ਅਸੀਂ ਜੇ ਹਰੇਕ ਕਹਿ ਲਈਏ ਕੁਦਰਤ ਦੀ ਆਫਤ ਦਾ ਜਿਹੜਾ ਟਾਕਰਾ ਕਰ ਸਕਦੇ ਹਾਂ, ਉੱਥੇ ਕੋਰੋਨਾ ਮਹਾਂਮਾਰੀ ਵਰਗੇ ਦਾ ਟਾਕਰਾ ਕਰਨ ਲਈ ਵੀ ਸਾਡਾ ਦੇਸ਼ ਸਮਰੱਥ ਆ। ਉਹਦੇ ਵਿੱਚ ਸਾਇੰਸਦਾਨਾਂ ਦਾ ਬਹੁਤ ਕਮਾਲ ਆ, ਚਾਹੇ ਉਹਦੇ ਵਿੱਚ ਜੋ ਮਰਜ਼ੀ ਸਵਾਲ ਉੱਠਦੇ ਰਹਿਣ, ਸਿਆਸਤ ਹੁੰਦੀ ਰਹੇ, ਪਰ ਇੱਕ ਵਾਰੀ ਉਹਨਾਂ ਨੇ ਟੀਕਾ ਬਣਾਤਾ ਨਾ, ਉਹਦੇ ਜਿਹੜੇ ਹੁਣ ਸਾਈਡ ਇਫੈਕਟ ਆ ਜਾਂ ਕੁਛ ਹੋਰ ਪ੍ਰਭਾਵ ਆ, ਦੁਸ਼ਪ੍ਰਭਾਵ ਹੈ, ਚੰਗੇ ਪ੍ਰਭਾਵ ਆ, ਉਹ ਤਾਂ ਤੁਸੀਂ ਦੇਖ ਲਓ ਵੀ ਜਦੋਂ ਪਹਿਲਾਂ ਕਿਤੇ ਦਵਾਈਆਂ ਬਣਦੀਆਂ ਤਾਂ ਉਹਦੇ ਵੀ ਤਾਂ ਕੁਦਰਤੀ ਹੁੰਦਾ ਹੀ ਆ। ਹੁਣ ਇੱਕ ਛੋਟੀ ਜਿਹੀ ਗੱਲ ਆਪਾਂ ਲੈਂਦੇ ਹਾਂ, ਜਦੋਂ ਬੱਚਾ ਜੰਮਦਾ ਆ ਤਾਂ ਉਹਨੂੰ ਵੀ BCG ਦਾ ਜਾਂ ਹੋਰ ਕੋਈ ਟੀਕਾ ਜਿਹੜਾ ਜੰਮਦੇ 'ਤੇ ਲੱਗਦਾ ਜਾਂ ਜੋ ਹੋਰ 3-4 ਮਹੀਨਿਆਂ 6 ਮਹੀਨਿਆਂ 'ਚ ਲੱਗਦਾ, ਤੁਸੀਂ ਦੇਖੋ ਵੀ ਉਸ ਟੀਕਾ ਲੱਗਣ ਤੋਂ ਬਾਅਦ ਬੱਚੇ ਨੂੰ ਉਹਦੇ ਸਾਈਡ ਇਫੈਕਟ ਮਾੜਾ ਮੋਟਾ ਹੁੰਦਾ ਹੀ ਆ। ਕਦੇ ਬੱਚੇ ਨੂੰ ਬੁਖਾਰ ਚੜ੍ਹ ਗਿਆ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ। ਸੋ ਉਹ ਜਦੋਂ ਛੋਟਾ ਬੱਚਾ ਆ ਉਹਦੇ ਹਿਸਾਬ ਨਾਲ ਟੀਕਾ ਉਦੋਂ ਉਸ ਲੈਵਲ ਦਾ ਹੋਊਗਾ। ਹੁਣ ਜਦੋਂ ਟੀਕਾ ਲੱਗਦਾ ਹੈ ਤਾਂ ਇਹ ਤਾਂ ਵੱਡੇ ਲੈਵਲ 'ਤੇ ਇੱਕ ਮਚੋਰ ਬੰਦੇ ਨੂੰ ਲੱਗਦਾ, ਛੋਟੇ ਬੱਚਿਆਂ ਨੂੰ ਤਾਂ ਵੈਸੇ ਨਾ ਕੀਤੀ ਵੀ ਨਹੀਂ ਲੱਗਣਾ। ਤਾਂ ਜਦੋਂ ਇਹੋ ਜਿਹੀ ਟੀਕਾ ਲੱਗਦਾ ਹੈ ਤਾਂ ਉਹਦਾ 1% ਤਾਂ ਕੁਛ ਨਾ ਕੁਛ ਤਾਂ ਪ੍ਰਭਾਵ ਪੈਣਾ ਹੀ ਆ। ਅਤੇ ਜੇ ਆਪਾਂ ਕਹੀਏ ਵੀ ਬਿਲਕੁਲ ਹੀ ਉਹ ਖਰਾਬ ਆ, ਇਹ ਗੱਲ ਕਿਤੇ ਗੱਲ ਸਹਿਮਤ ਨਹੀਂ ਹੋ ਸਕਦੇ ਆਪਾਂ, ਪਰ ਇਹਦੇ ਵਿੱਚ ਜ਼ਰੂਰ ਆ ਵੀ ਇਹਨਾਂ ਨੇ ਵਰਲਡ ਲੈਵਲ 'ਤੇ ਆਪਣੀ ਸ਼ਕਤੀ ਆਪਣੀ ਤਾਕਤ ਮਨਵਾਈ ਆ। ਸਾਇੰਸਦਾਨਾਂ ਨੇ ਵਿਗਿਆਨੀਆਂ ਨੇ ਲੋਹਾ ਮਨਵਾਇਆ ਆਪਣਾ, ਕਿਉਂਕਿ ਜਿਹੜੇ ਬਾਹਰਲੇ ਟੀਕੇ ਆ ਜੇ ਅਮੈਰੀਕਾ ਦਾ ਲਾ ਲਈਏ ਤਾਂ ਉਹਨੂੰ ਵੀ ਬਹੁਤ ਸਾਂਭ ਸੰਭਾਲ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ। ਇਹ ਇਹੋ ਜਿਹਾ ਟੀਕਾ ਆ ਵੀ ਇਹਨੂੰ ਜਿੱਥੇ ਮਰਜ਼ੀ ਲੈ ਜਾਓ 2-3 ਡਿਗਰੀ ਦੇ ਵਿੱਚ ਜਿਹੜਾ ਉਹ ਰੱਖ ਸਕਦੇ ਹੋ ਸੌਖਾ ਹੀ ਠੰਡ ਦੇ ਵਿੱਚ। ਹੁਣ ਤੁਸੀਂ ਪੰਜਾਬ ਦੀ ਗੱਲ ਕੀਤੀ ਆ, ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਕਈਆਂ ਰਾਜਾਂ ਦੇ ਵਿੱਚ ਲੋਕ ਟੀਕਾ ਲਗਵਾਉਣ ਤੋਂ ਝਿਜਕਦੇ ਆ। ਗੱਲ ਉੱਥੇ ਆ ਜਾਂਦੀ ਅਫਵਾਹਾਂ ਦੀ, ਕਿਉਂਕਿ ਅਫਵਾਹਾਂ ਕਰੋਨਾ ਦੇ ਟਾਈਮ ਵੀ ਬਹੁਤ ਅਫਵਾਹਾਂ ਫੈਲਾਈਆਂ ਗਈਆਂ ਸੀ। ਉਦੋਂ ਕਹਿੰਦੇ ਸੀਗੇ ਜੇ ਦੇਖੋ ਜੀ ਕਰੋਨਾ ਟੈਸਟ ਨਾ ਕਰਾਉਣ ਜਾਇਓ, ਹਸਪਤਾਲ ਦਾਖਲ ਨਾ ਹੋਇਓ, ਇਹ ਗੁਰਦੇ ਕੱਢ ਲੈਂਦੇ ਆ, ਇਹ ਸਰੀਰ ਦੇ ਅੰਗ ਕੱਢ ਲੈਂਦੇ ਆ। ਕਿੱਥੇ ਕੱਢੇ? ਕਦੇ ਅੱਜ ਤਾਈਂ ਕੋਈ ਸਾਬਤ ਹੋਇਆ ਕਿ ਕਿਸੇ ਸਰੀਰ ਦੇ ਅੰਗ ਕੱਢੇ ਹੋਣ? ਬਹੁਤ ਹੀ ਅਫਵਾਹਾਂ ਫੈਲੀਆਂ ਗਈਆਂ ਸੀਗੀਆਂ, ਚਾਹੇ ਸੋਸ਼ਲ ਮੀਡੀਆ, ਫੇਸਬੁੱਕ ਆ, ਵਟਸਐਪ ਆ, ਸਾਰਿਆਂ 'ਤੇ ਕਰੋਨਾ ਦਾ ਇੰਨਾ ਕੁ ਆਵਾਜ਼ ਲੋਕਾਂ ਦੇ ਵਿੱਚ ਫੈਲਾ ਦਿੱਤੀ ਸੀਗੀ, ਗਲਤ ਸੂਚਨਾ ਵੀ ਇੱਦਾਂ ਹੋ ਜਾਂਦਾ, ਉੱਦਾਂ ਹੋ ਜਾਂਦਾ, ਕੁਛ ਨਹੀਂ ਹੋਇਆ। ਹੁਣ ਵੀ ਉਹ ਅਫਵਾਹਾਂ ਦਾ ਹੀ ਦੌਰ ਆ,
ਵੀ ਉਹ ਕਹਿ ਰਹੇ ਵੀ ਫਲਾਣੇ ਥਾਂ ਟੀਕਾ ਲੱਗਾ ਬੰਦਾ ਮਰ ਗਿਆ ਜੀ, ਫਲਾਣੇ ਥਾਂ ਟੀਕਾ ਲੱਗਾ ਉਹਨੂੰ ਬੁਖਾਰ ਹੋ ਗਿਆ, ਚਾਹੇ ਉਸ ਬੰਦੇ ਨੂੰ ਕੋਈ ਹੋਰ ਪ੍ਰੋਬਲਮ ਹੋਵੇ, ਚਾਹੇ ਉਹਨੂੰ ਕੋਈ ਹੋਰ ਬਿਮਾਰੀ ਹੋਵੇ, ਚਾਹੇ ਉਹਦਾ ਕੋਈ ਹਾਰਟ ਅਟੈਕ ਹੋ ਗਿਆ ਹੋਵੇ, ਪਰ ਦੁਨੀਆ ਦੇ ਵਿੱਚ ਇਹੋ ਜਿਹੀ ਗੱਲ ਇੱਕਦਮ 'ਚ ਫੈਲ ਦਿੱਤੀ ਜਾਂਦੀ ਆ ਵੀ ਇਹ ਟੀਕਾ ਲਵਾ ਕੇ ਆਇਆ ਸੀ ਕੱਲ੍ਹ ਤਾਂ ਇਹਦੀ ਜਾਨ ਚੱਲ ਗਈ। ਹੁਣ ਇਹਦੇ 'ਚ ਆਪਾਂ ਯੂਪੀ ਦੇ ਮੁਰਾਦਾਬਾਦ ਦੀ ਗੱਲ ਜੇ ਮੈਂ ਕਰਾਂ ਤਾਂ ਉਹਦੇ ਵਿੱਚ ਇੱਕ ਬੰਦੇ ਨੇ ਸ਼ਨੀਵਾਰ ਪਹਿਲੇ ਦਿਨ ਇੰਜੈਕਸ਼ਨ ਲਵਾਇਆ ਸੀਗਾ ਇਹਦਾ ਕਰੋਨੇ ਦਾ, ਪਰ ਉਹ ਤੋਂ ਦੂਏ ਤੀਏ ਦਿਨ ਉਹਦੀ ਡੈਥ ਹੋ ਜਾਂਦੀ ਆ। ਹਾਲਾਂਕਿ ਉਹਦੀ ਜਿਹੜੀ ਪੋਸਟਮਾਰਟਮ ਰਿਪੋਰਟ ਦੱਸਦੀ ਆ ਵੀ ਉਹ ਹਾਰਟ ਦਾ ਮਰੀਜ਼ ਸੀਗਾ ਔਰ ਉਹਦੀ ਡੈਥ ਹਾਰਟ ਦੇ ਅਟੈਕ ਨਾਲ ਹੋਈ ਆ, ਪਰ ਉਹਦੇ ਘਰਦੇ ਕਹਿੰਦੇ ਨਹੀਂ ਜੀ ਇਹਨੂੰ ਪਹਿਲਾਂ ਕੁਛ ਵੀ ਨਹੀਂ ਸੀ। ਸੋ ਇਹ ਅਫਵਾਹਾਂ ਦੇ ਦੌਰ ਕਰਕੇ, ਅਫਵਾਹਾਂ ਦੇ ਜ਼ੋਰ ਕਰਕੇ ਹੀ ਲੋਕ ਇਹ ਟੀਕਾ ਲਗਾਉਣ ਤੋਂ ਝਿਜਕਦੇ ਆ। ਬਟ ਇਹਦੇ ਨਾਲ ਜਿਹੜਾ ਨੈਗੇਟਿਵ ਪੱਖ ਥੋੜ੍ਹਾ ਲੈਣਾ ਚਾਹੂੰਗਾ ਮੈਂ, ਉਹ ਇਹ ਆ ਵੀ ਕਿਸੇ ਵੀ ਦੇਸ਼ ਨੇ ਜੇ ਟੀਕਾ ਬਣਾਇਆ ਆ ਤਾਂ ਉੱਥੋਂ ਦੇ ਪ੍ਰਮੁੱਖ ਮੋਹਰੀ ਆਗੂਆਂ ਨੇ ਪਹਿਲਾਂ ਟੀਕਾ ਲਵਾਇਆ ਜੀ। ਫਿਰ ਚਾਹੇ ਅਮੈਰੀਕਾ ਦੇ ਜਿਹੜੇ ਨਵੇਂ ਰਾਸ਼ਟਰਪਤੀ ਬਣਨ ਜਾ ਰਹੇ ਆ ਜੋ ਬਾਈਡਨ ਹੋਵੇ, ਚਾਹੇ ਰੂਸ ਦੇ ਰਾਸ਼ਟਰਪਤੀ ਪੁਤਿਨ ਹੋਵੇ ਤਾਂ ਚਾਹੇ ਕਿਸੇ ਹੋਰ ਦੇਸ਼ ਦੇ ਆ, ਉਹਨਾਂ ਦੇ ਆਪ ਦੇ ਮੋਹਰੀ ਆਗੂਆਂ ਨੇ ਟੀਕੇ ਲਵਾਏ ਆ। ਸਾਡੇ ਆਗੂਆਂ ਨੇ ਨਹੀਂ ਲਵਾਏ ਪਰ ਡਾਕਟਰਾਂ ਨੇ ਜ਼ਰੂਰ ਲਵਾਏ ਆ, ਕਿਉਂਕਿ ਏਮਸ ਦੇ ਡਾਕਟਰ ਜਿਹੜੇ ਚੋਟੀ ਦੇ ਉਹਨੇ ਲਵਾਇਆ, ਗੁਲੇਰੀਆ ਉਹਨਾਂ ਨੇ ਲਵਾ ਲਿਆ, ਹੋਰ ਵੀ ਜਿੱਥੇ ਵੀ ਵੱਡੇ ਵੱਡੇ ਲੈਵਲ 'ਤੇ ਸਿਹਤ ਕਾਮੇ ਸੀਗੇ ਉਹਨਾਂ ਨੇ ਲਵਾਏ ਆ। ਹੁਣ ਉੱਥੇ ਸਵਾਲ ਲੋਕਾਂ ਦੇ ਵਿੱਚ ਤਾਂ ਹੀ ਉੱਠਦਾ ਵੀ ਜੇ ਬਾਕੀ ਦੇਸ਼ ਵਾਲੇ ਸਿਆਸਤਦਾਨ ਮੋਹਰੇ ਹੋ ਕੇ ਆਪ ਟੀਕੇ ਲਾਈਵ ਲਵਾਉਂਦੇ ਆ, ਬੋਰਿਸ ਜੌਨਸਨ ਉਹਨਾਂ ਨੇ ਵੀ ਲਵਾਇਆ ਸੀਗਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ, ਅਤੇ ਇਹ ਆਪਣੇ ਕਿਉਂ ਨਹੀਂ ਲਵਾਇਆ, ਇਹਦੇ ਕਰਕੇ ਵੀ ਜਿਹੜੀ ਲੋਕਾਂ 'ਚ ਸ਼ੰਕਾ ਜਿਹੜੀ ਉਹ ਪੈਦਾ ਹੁੰਦੀ ਆ। ਹੋਰ ਗੱਲ ਕੁਛ ਨਹੀਂ ਹੈਗਾ, ਜੇ ਟੀਕਾ ਬਣ ਗਿਆ ਤਾਂ ਉਹਦੇ ਲਈ ਰਾਹਤ ਵਾਲੀ ਗੱਲ ਆ, ਭਾਰਤ ਦਾ ਨਾਂ ਕਿਤੇ ਨਾ ਕਿਤੇ ਜ਼ਰੂਰ ਜਾ ਕੇ ਉੱਚਾ ਹੋਇਆ ਆ। ਔਰ ਵੱਡੀ ਗੱਲ ਤੁਸੀਂ WHO ਦੀ ਕੀਤੀ ਆ, ਉਹਦਾ ਵੀ ਮੈਂ ਇੱਕ ਸਟੇਟਮੈਂਟ ਪੜ੍ਹੀ ਆ ਵੀ ਉਹਨਾਂ ਨੇ ਵੀ ਭਾਰਤ ਦੀ ਜਿਹੜੀ ਕੋਵਿਸ਼ੀਲਡ ਆ ਔਰ ਕੋਵੈਕਸੀਨ ਆ ਉਹਨੂੰ ਮਾਨਤਾ ਦੇਣ ਦਾ ਵਿਚਾਰ ਕਰ ਰਹੀ ਆ। ਕਾਰਨ ਇਹੀ ਆ ਵੀ ਉਹ ਦੁਨੀਆ ਦੇ ਕਿਸੇ ਵੀ ਖੂੰਜੇ ਦੇ ਵਿੱਚ ਜਾ ਕੇ ਇੰਜੈਕਸ਼ਨ ਲੱਗਣ ਯੋਗ ਆ, ਚਾਹੇ ਉੱਥੇ ਕਿੱਦਾਂ ਦਾ ਵੀ ਤਾਪਮਾਨ ਆ, ਉਹਨੂੰ ਸਟੋਰੇਜ ਕਰਨ ਦੀ ਵੀ ਉਹਦੀ ਸਮਰੱਥਾ ਹੈਗੀ ਆ ਔਰ ਉਹਨੂੰ ਸੰਭਾਲਿਆ ਵੀ ਜਾ ਸਕਦਾ, ਲੰਮੇ ਟਾਈਮ ਲਈ ਰੱਖਿਆ ਵੀ ਜਾ ਸਕਦਾ। ਸੋ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ WHO ਇਹ ਦੋਨਾਂ ਟੀਕਿਆਂ ਨੂੰ ਪ੍ਰਵਾਨਗੀ ਦੇ ਦੂਗਾ, ਪਰ ਭਾਰਤ ਦੀ ਜੇ ਮੈਂ ਗੱਲ ਕਰਾਂ ਤਾਂ 4 ਟੀਕੇ ਹੋਰ ਆਉਣ ਵਾਲੇ ਸਮੇਂ 'ਚ ਆਉਣ ਵਾਲੇ ਆ। ਸੋ ਕਰੋਨਾ ਦੇ ਨਾਲ ਜਿਹੜਾ ਟਕਰਾ ਭਾਰਤ ਨੇ ਜਿਸ ਤਰੀਕੇ ਨਾਲ ਕੀਤਾ ਆ ਥੋੜ੍ਹੇ ਸਮੇਂ ਦੇ ਵਿੱਚ, ਇਹ ਬਹੁਤ ਹੀ ਸ਼ਲਾਘਾ ਵਾਲਾ ਕੰਮ ਹੋਇਆ ਜੀ। ਪਰ ਸਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ 500 ਦੇ ਕਰੀਬ ਲੋਕ ਜਿਹੜੇ ਨੇ ਉਹਨਾਂ 'ਤੇ ਸਾਈਡ ਇਫੈਕਟ ਹੋ ਗਿਆ ਆ, ਉਹਦੇ ਬਾਰੇ ਕੀ ਕਹਿਣਾ ਚਾਹੁੰਦਾ? ਮੈਂ ਉਹੀ ਕਿਹਾ ਨਾ, ਸਾਈਡ ਇਫੈਕਟ ਦੇਖੋ ਨਵੀਂ ਚੀਜ਼ ਬਣੀ ਆ, ਟ੍ਰਾਇਲ ਵੀ ਕੀਤਾ, ਡਰਾਈ ਰਨ ਵੀ ਕੀਤੇ ਆ, ਫਿਰ ਉਹਨਾਂ ਨੇ 1-2 ਟ੍ਰਾਇਲ ਕੀਤੇ ਆ, ਸਵਾਲ ਉੱਠ ਰਿਹਾ ਵੀ ਤੀਜਾ ਟ੍ਰਾਇਲ ਕਰਨ ਤੋਂ ਬਿਨਾਂ ਹੀ ਮਨਜ਼ੂਰੀ ਦਿੱਤੀ ਆ, ਅਤੇ ਤੀਜਾ ਟ੍ਰਾਇਲ ਤਾਂ ਰੂਸ ਵਾਲੇ ਸਪੁਤਨਿਕ ਦਾ ਵੀ ਨਹੀਂ ਸੀ ਹੋਇਆ, ਉਹ ਵੀ ਟੀਕੇ ਲੱਗ ਰਹੇ ਉੱਥੇ, ਉਹਨਾਂ ਦੇ ਟੀਕੇ ਭਾਰਤ ਵਿੱਚ ਵੀ ਆਏ ਆ। ਸੋ ਉਹਨਾਂ ਨੇ ਵੀ ਤੀਜਾ ਟ੍ਰਾਇਲ ਨਹੀਂ ਕੀਤਾ, ਇਹ ਤਾਂ ਵਿਗਿਆਨੀਆਂ ਨੇ ਜੇਕਰ ਦੇਖਿਆ ਆ, ਡਰੱਗ ਕੰਟਰੋਲਰ ਜਿਹੜੀ ਆ ਬਹੁਤ ਵੱਡੀ ਸੰਸਥਾ ਆ, ICMR ਜਿਹੜੀ ਬਹੁਤ ਵੱਡੀ ਸੰਸਥਾ ਆ ਭਾਰਤ ਦੀ, ਉੱਥੇ ਵੀ ਵਿਗਿਆਨੀ ਬੜੇ ਚੋਟੀ ਦੇ ਬੈਠੇ ਆ। ਜੇ ਉਹਨਾਂ ਨੇ ਇਹਨੂੰ ਪਾਸ ਕੀਤਾ ਆ ਇੰਨੇ ਟ੍ਰਾਇਲ ਤੋਂ ਬਾਅਦ, ਦੁਨੀਆ ਤਾਂ ਨਹੀਂ ਨਾ ਮਾਰਨੀ ਜੀ, ਜੇ ਪਹਿਲੇ ਸੱਟੇ ਲਾ ਦਿੱਤਾ ਜਾਵੇ ਤਾਂ ਫਿਰ ਉਹਦੇ ਤਾਂ ਇਹੀ ਬਣਦਾ ਵੀ ਹਾਂ ਵੀ ਦੁਨੀਆ ਮਾਰਨ ਲਈ ਕਰਤਾ, ਪਰ ਇਹਨਾਂ ਨੇ ਪੂਰਾ ਟ੍ਰਾਇਲ ਕਰਕੇ ਡਰਾਈ ਰਨ ਕਰਕੇ ਜਦੋਂ ਉਦੋਂ ਦੋਸ਼ ਪ੍ਰਭਾਵ ਨਹੀਂ ਪਏ ਤਾਂ ਹੀ ਇਹਨਾਂ ਨੇ ਮਨਜ਼ੂਰੀ ਦਿੱਤੀ ਆ। ਪਰ ਜੇ ਹੁਣ ਲੱਗਦਾ ਵੀ 500-550 ਦੇ ਕਰੀਬ ਹੋ ਗਈ ਗਿਣਤੀ ਮਾੜੇ ਪ੍ਰਭਾਵਾਂ ਵਾਲੀ, ਤਾਂ ਫਿਰ ਉਹਦੇ ਵਿੱਚ ਗੱਲ ਉੱਥੇ ਆ ਜਾਂਦੀ ਆ ਵੀ ਕੁਛ ਨਾ ਕੁਛ ਘਬਰਾਹਟ ਹੋ ਗਈ ਜਾਂ ਜਿਹੜੇ ਬੁਖਾਰ ਹੋ ਗਿਆ। ਪਰ ਉਹਨਾਂ ਦੇ ਵਿੱਚ ਨਾਲ ਦੀ ਨਾਲ ਕੰਪਨੀਆਂ ਇਹ ਵੀ ਹਦਾਇਤਾਂ ਕਰ ਰਹੀਆਂ ਵੀ ਜੇ ਕਿਸੇ ਨੂੰ ਕਿਸੇ ਤਰੀਕੇ ਨਾਲ ਕੋਈ ਪਹਿਲਾਂ ਬਿਮਾਰੀ ਆ, ਸ਼ੂਗਰ ਦੀ ਆ, BP ਦੀ ਆ, ਡਾਇਬਟੀਜ਼ ਕਿਸੇ ਤਰ੍ਹਾਂ ਦੀ ਵੀ ਬਿਮਾਰੀ ਆ, ਉਹ ਪਹਿਲਾਂ ਡਾਕਟਰ ਨੂੰ ਜ਼ਰੂਰ ਦੱਸਣ ਵੀ ਮੈਨੂੰ ਆਹ ਪਹਿਲਾਂ ਪ੍ਰੋਬਲਮ ਆ, ਮੈਂ ਇਹਦੇ ਬਾਰੇ ਦਵਾਈ ਪਹਿਲਾਂ ਖਾ ਰਿਹਾ, ਉਹਦੇ ਉਹਨੂੰ ਦੇਖ ਕੇ ਉਹਦਾ ਐਗਜ਼ਾਮੀਨੇਸ਼ਨ ਕਰਕੇ ਫਿਰ ਹੀ ਡਾਕਟਰ ਅੱਗੇ ਤੁਰੂਗਾ, ਫਿਰ ਹੀ ਇੰਜੈਕਸ਼ਨ ਲਾਊਗਾ। ਸੋ ਉਹਦੇ ਨਾਲ ਦੀ ਨਾਲ ਹਦਾਇਤਾਂ ਦੀ ਪਾਲਣਾ ਵੀ ਹੋਣੀ ਚਾਹੀਦੀ ਆ, ਪਰ ਆਪਾਂ ਇਕੱਲਾ ਟੀਕਾਕਰਨ ਨੂੰ ਨਹੀਂ ਦੇਖਣਾ ਚਾਹੀਦਾ, ਟੀਕਾਕਰਨ ਤੋਂ ਬਾਅਦ ਵੀ ਸਾਨੂੰ ਸਾਵਧਾਨੀਆਂ ਨਹੀਂ ਛੱਡਣੀਆਂ ਚਾਹੀਦੀਆਂ, ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਸੀ ਤਾਂ ਉੱਦਾਂ ਵੀ ਜਿਹੜੇ ਡਾਕਟਰਾਂ ਦਾ ਵੀ ਕਹਿਣਾ ਆ ਵੀ ਇਹ ਆਉਂਦੇ ਸਮੇਂ ਦੇ ਵਿੱਚ ਚਾਹੇ ਟੀਕਾ ਲੱਗਣ ਤੋਂ ਬਾਅਦ ਆ ਜਾਂ ਪਹਿਲਾਂ ਆ, ਸਾਵਧਾਨੀਆਂ ਜਿਹੜੀਆਂ ਕਰੋਨਾ ਦੀਆਂ ਪਹਿਲਾਂ ਵਾਂਗ ਹੀ ਰੱਖੀਆਂ ਜਾਣੀਆਂ ਜ਼ਰੂਰੀ ਆ ਜੀ। ਚਰਚਾ ਕਰਨ ਲਈ ਸਾਡੇ ਕੋਲ ਮੁੱਦੇ ਤਾਂ ਇਸ ਵੇਲੇ ਬਹੁਤ ਨੇ, ਪਰ ਸਮਾਂ ਸਾਡੇ ਕੋਲ ਬਹੁਤ ਘੱਟ ਆ। ਸਾਡੇ ਮਾਹਿਰ ਮਹਿਮਾਨ ਨੇ ਬੜੇ ਸੁਚੱਜੇ ਢੰਗ ਨਾਲ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ, ਅਤੇ ਸਾਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਸ਼ੁਕਰੀਆ ਸਰ ਸਟੂਡੀਓ ਵਿੱਚ ਆਉਣ ਲਈ, ਤੁਸੀਂ ਬੜੀ ਸੋਹਣੀ ਗੱਲਬਾਤ ਸਾਡੇ ਦਰਸ਼ਕਾਂ ਦੇ ਨਾਲ ਕੀਤੀ ਹੈ। ਨਵੇਂ ਮੁੱਦਿਆਂ 'ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ, ਤਦ ਤੱਕ ਲਈ ਮੈਨੂੰ ਸਵਲੀਨ ਕੌਰ ਜੱਸੜ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।